ਜਸਟ ਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਨੌਜਵਾਨ ਜੋ ਲੜਾਈ ਲੜਦਾ ਤਾਂ ਕਹਿੰਦਾ ਦੇਸ਼ ਦੀ ਦਿਸ਼ਾ ਬਦਲ ਸਕਦਾ ਹੈਗਾ, ਪਰ ਜਦੋਂ ਨੌਜਵਾਨ ਮੁਜ਼ਾਹਰੇ ਕਰ ਰਿਹਾ, ਰੋਸ ਪ੍ਰਗਟਾ ਰਿਹਾ, ਤਾਂ ਉਹ ਨੌਜਵਾਨ ਆ ਜਿਹੜਾ ਵਿਦਿਆਰਥੀ ਹੈ ਉਹ ਉਸ 'ਤੇ ਹਮਲੇ ਕੀਤੇ ਜਾ ਰਹੇ ਆ। ਮਾਮਲਾ ਦਿੱਲੀ ਦੀ JNU ਨਾਲ ਜੁੜਿਆ ਹੋਇਆ, ਅਤੇ ਜਦੋਂ ਇੱਥੇ ਹਮਲਾ ਹੋਇਆ ਤਾਂ ਨਕਾਬਪੋਸ਼ਾਂ ਨੇ ਹਮਲਾ ਕੀਤਾ, ਅਤੇ ਹੁਣ ਤੱਕ ਇਹ ਸਵਾਲ ਹੈਗਾ ਕਿ ਨਕਾਬਪੋਸ਼ ਕੌਣ ਸਨ। ਜਾਮੀਆਂ ਵਿੱਚ ਵੀ ਇਸ ਤੋਂ ਪਹਿਲਾਂ ਹਿੰਸਾ ਹੋ ਚੁੱਕੀ ਹੈ, ਅਤੇ JNU ਵਿੱਚ ਵੀ ਹੋਈ ਹੈ, ਅਤੇ ਹੁਣ ਦਿੱਲੀ ਦੇ ਵਿੱਚ ਚੋਣਾਂ ਹੈਗੀਆਂ, ਦਿੱਲੀ ਦੇ ਵਿੱਚ ਚੋਣਾਂ ਵੀ ਅਨਾਊਂਸ ਹੋ ਚੁੱਕੀਆਂ, ਪਰ ਵੱਡਾ ਸਵਾਲ ਇਹ ਹੈਗਾ ਜਾਮੀਆਂ ਤੋਂ JNU ਤੱਕ ਕਿਹੜੀ ਸੋਚ ਦਾ ਗੁੰਡਾ ਰਾਜ। JNU 'ਚ ਗੁੰਡਾਗਰਦੀ ਹੈ, ਅਤੇ ਅੱਜ ਬਹਿਸ ਕਿਉਂ ਕਰ ਰਹੇ ਤੁਹਾਨੂੰ ਟੂ ਦਾ ਪੁਆਇੰਟ ਵਿੱਚ, ਪੁਆਇੰਟ ਟੂ ਪੁਆਇੰਟ ਦੱਸਦੀ ਹੈ। ਦਿੱਲੀ ਦੀ JNU ਵਿੱਚ ਗੁੰਡਾਗਰਦੀ ਅਤੇ ਦੇਸ਼ ਭਰ ਵਿੱਚ ਗੁੱਸਾ, ਕਈ ਅਦਾਰਿਆਂ ਵਿੱਚ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਹੋਏ ਆ। ਗ੍ਰਹਿ ਮੰਤਰੀ ਸਨੇ JNU ਦੇ VC ਦੀ ਜਵਾਬਦੇਹੀ ਮੰਗੀ ਗਈ ਹੈ, ਇੱਥੋਂ ਤੱਕ ਅਸਤੀਫੇ ਮੰਗ ਲਏ ਗਏ ਆ। ਕੌਮੀ ਰਾਜਧਾਨੀ ਸਨੇ ਇਲਜ਼ਾਮ ਤਰਾਸ਼ੀਆਂ ਨੇ ਮੁਲਕ ਦੀ ਸਿਆਸਤ ਪਾ ਦਿੱਤੀ ਹੈ। JNU SU ਦੀ ਪ੍ਰਧਾਨ ਆਇਸ਼ੀ ਘੋਸ਼ ਸਨੇ ਕਈ ਹੋਏ ਜ਼ਖਮੀ। ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ ਕਿ ਆਇਸ਼ੀ ਘੋਸ਼ 'ਤੇ ਬਹੁਤ ਵੱਡਾ ਹਮਲਾ ਹੋਇਆ, ਉਹ ਜ਼ਖਮੀ ਹੋਇਆ। FIR ਦਰਜ ਕਰ ਲਈ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਮੁਲਜ਼ਮ ਕਾਬੂ ਕਰ ਲਏ ਜਾਣਗੇ। ਗੁੰਡਾਗਰਦੀ ਦੇ ਨੰਗੇ ਨਾਚ ਮੌਕੇ ਦਿੱਲੀ ਪੁਲਿਸ 'ਤੇ ਸਵਾਲ ਅਜੇ ਤੱਕ ਬਰਕਰਾਰ ਹੈ ਕਿ ਦਿੱਲੀ ਪੁਲਿਸ ਉਹਦਾ ਮੂਕ ਦਰਸ਼ਕ ਬਣੀ ਰਹੀ, ਇਹ ਵੀ ਇਲਜ਼ਾਮ ਲਾਏ ਜਾ ਰਹੇ ਆ। ਮਾਮਲਾ ਨੌਜਵਾਨਾਂ ਨਾਲ ਜੁੜਿਆ ਹੋਇਆ, ਵਿਦਿਆਰਥੀਆਂ ਨਾਲ ਜੁੜਿਆ ਹੋਇਆ, ਦੇਸ਼ ਦੀ ਸਿਆਸਤ ਕਹਿੰਦੀ ਕੀ ਹੈ ਪਹਿਲਾਂ ਸੁਣ ਲਈਏ, ਉਸ ਤੋਂ ਬਾਅਦ ਡਿਬੇਟ ਅੱਗੇ ਵਧਾਵਾਂਗੇ। ਅਫਸੋਸਨਾਕ ਬਾਤ ਹੈ, ਇਹ ਗਲਤ ਹੋ ਰਿਹਾ ਹੈ। ਹਮ BJP ਸੇ ਅਪੀਲ ਕਰੇਂਗੇ ਕਿ ਆਪ ਸੱਤਾ ਮੇਂ ਜ਼ਰੂਰ ਹੈ, ਮਗਰ ਆਪ ਕਬ ਤੱਕ ਇਨ ਲੋਗੋਂ ਕੋ ਬਚਾਏਂਗੇ? ਯੇ ਤਮਾਮ ਕੇ ਤਮਾਮ ਤੋ ਯੇ ਫ੍ਰੈਂਕਨਸਟਾਈਨ ਆਪ ਹੀ ਕੇ ਹੈਂ। ਦਿੱਲੀ ਕਾ ਲਾਅ ਐਂਡ ਆਰਡਰ ਪੁਲਿਸ ਆਪਕੋ ਰਿਪੋਰਟ ਕਰਤੀ ਹੈ। ਜਾਮੀ ਮਿਲੀਆ ਮੇਂ ਜੋ ਆਪਨੇ ਸਬਕ ਹਾਸਿਲ ਨਹੀਂ ਕੀਆ, ਇੱਕ ਬੱਚੇ ਕੀ ਆਂਖ ਚਲੇ ਗਈ, ਕਈ ਮਹਿਲਾਓਂ ਬੱਚਿਓਂ ਕੀ ਉਨਕੀ ਮਾਰਪੀਟ ਹੋਈ, ਹਾਸਟਲ ਮੇਂ ਘੁਸ ਕਰ ਜਾਮੀ ਮਿਲੀਆ ਮਾਰਾ ਗਿਆ, ਔਰ ਫਿਰ ਯੇ ਹੋ ਰਹਾ ਹੈ। ਯੇ ਕਿਆ ਹੋ ਰਹਾ ਹੈ? ਔਰ ਜੋ ਲੋਗ ਵਹਾਂ ਪਰ ਜਾਤੇ ਹੈ ਪ੍ਰੋਟੈਸਟ ਕਰਨੇ ਕੇ ਲੀਏ, ਉਨਕੋ ਧੱਕੇ ਦੀਏ ਜਾਤੇ ਹੈ। ਹਾਉ ਦੇ ਇਵਨ ਦ ਕਨਸਟੀਟਿਊਸ਼ਨਲ ਪੋਸਟ ਹੋਲਡਰਸ ਆਲਸੋ ਯੂ ਹੈਵ ਸੀਨ ਵਾਟ ਇਜ਼ ਅ ਕਨਫਰੰਟੇਸ਼ਨ ਬਿਟਵੀਨ ਦ ਸਟੂਡੈਂਟਸ ਐਂਡ ਦੇ। ਆਈ ਥਿੰਕ ਇਟ ਸ਼ੁਡ ਨਾਟ ਬੀ, ਇਟ ਇਜ਼ ਅ ਵੈਰੀ ਡੇਂਜਰਸ ਸਿਚੁਏਸ਼ਨ। ਆਈ ਡੋ ਨਾਟ ਨੋ ਵਾਟ ਵਿਲ ਬੀ ਫਾਰ ਟੁਮਾਰੋ, ਜਸਟ ਲਾਈਕ ਵੀ ਆਰ ਫਾਈਟਿੰਗ ਦ ਸੈਕਿੰਡ ਫ੍ਰੀਡਮ ਸਟ੍ਰਾਈਕ। ਆਈ ਐਮ ਅ ਕਨਸਰਨਡ ਸਿਟੀਜ਼ਨ, ਐਵਰੀ ਕਨਸਰਨਡ ਸਿਟੀਜ਼ਨ ਸ਼ੁਡ ਵਰੀ ਅਬਾਊਟ ਵਾਟ ਇਜ਼ ਗੋਇੰਗ ਆਨ ਇਨ JNU. ਇਟ ਇਜ਼ ਨਥਿੰਗ ਬਟ ਫਾਸ਼ਿਸਮ, ਫਾਸ਼ਿਸਮ ਇਨ ਐਕਸ਼ਨ। ਵੇਰ ਇਜ਼ ਡੈਮੋਕ੍ਰੇਸੀ ਇਨ ਦੀ ਕੰਟਰੀ? ਐਂਡ ਡੈਲੀ ਪੋਲਿਸ remains mute spectator, and Delhi police is directly under union government, under home ministry. Mr. Amit Shah should be held accountable, answerable for the inaction of the Delhi. Purana vidyarthi hu, is campus se maine degree li hai, aur is waqt campus ke darwaje band hain, police samne khadi hai, aur andar se report aa rahi hai ki andar hostels mein ghus ghus ke students ko mara ja raha hai, ਇੱਕ ਹੋਸਟਲ ਸੇ ਦੂਸਰੇ ਹੋਸਟਲ ਜਾ ਰਹੇ ਹੈ, ਔਰ ਯਹਾਂ ਪੁਲਿਸ ਦਰਵਾਜ਼ਾ ਬੰਦ ਕਰਕੇ ਖੜੀ ਹੈ, ਅੰਦਰ ਜਹਾਂ ਸਟੂਡੈਂਟਸ ਕੀ ਪਿਟਾਈ ਹੋ ਰਹੀ ਹੈ, ਵਹਾਂ ਕੋਈ ਨਹੀਂ ਹੈ ਪੁਲਿਸ। ਇਸ ਨੈਰੇਟਿਵ ਬਣਾਨੇ ਕੀ ਕੋਸ਼ਿਸ਼ ਕਰ ਰਹੇ ਹੈ, ਵੋ ਬਿਲਕੁਲ ਬੇਬੁਨਿਆਦ ਹੈ, ਗਲਤ ਹੈ, ਝੂਠਾ ਹੈ। ਯੇ ਸਟ੍ਰੈਸ, ਯੇ ਟੈਨਸ਼ਨ ਕਲ ਸੇ ਚੱਲ ਰਹਾ ਹੈ, ਕਿਉਂਕਿ ਵਹਾਂ ਪਰ ABVP ਔਰ ਅਨੇ ਲੋਗੋਂ ਨੇ ਮੰਗ ਕੀਆ ਕਿ ਹਮਕੋ ਪੜ੍ਹਾਈ ਕਰਨਾ ਹੈ ਔਰ ਹਮਕੋ ਰਜਿਸਟ੍ਰੇਸ਼ਨ ਕਰਨਾ ਹੈ ਅਗਲੇ ਸੈਮੈਸਟਰ ਕੇ ਲੀਏ। ਯੇ ਲੋਕ ਕਲਾਸਿਸ ਬੋਇਕਾਟ ਕਰ ਰਹੇ ਥੇ, ਔਰ ਜਬ ਉਨ੍ਹੋਂਨੇ ਰਜਿਸਟ੍ਰੇਸ਼ਨ ਔਨਲਾਈਨ ਸ਼ੁਰੂ ਕੀ, ਤੋ ਔਨਲਾਈਨ ਰਜਿਸਟ੍ਰੇਸ਼ਨ ਕੋ ਲੇਕਰ ਵਾਈਫਾਈ ਕੋ ਕਾਟ ਦਿਆ ਗਿਆ, ਤੋੜਾ ਗਿਆ ਲੈਫਟ ਕੇ ਦੁਆਰਾ, ਔਰ ਫਿਰ ਵੀ ਬੱਚੋਂ ਨੇ ਕਿਹਾ ਕਿ ਹਮ ਮੈਨੁਅਲ ਰਜਿਸਟ੍ਰੇਸ਼ਨ ਕਰੇਂਗੇ, ਫਾਰਮਸ ਭਰਨੇ ਕੀ ਰਜਿਸਟ੍ਰੇਸ਼ਨ ਕਰੇਂਗੇ, ਤੋ ਉਨਕੋ ਫਿਜ਼ੀਕਲੀ ਜਾਕਰ ਹਾਥ ਪੈਰ ਸੇ ਰੋਕਾ ਗਿਆ। मोदी जी और अमित शाह जी और भारतीय जनता पार्टी की देश के युवाओं और छात्रों से भला क्या दुश्मनी है? कभी उन्हें फीस वृद्धि पर विरोध प्रदर्शन के नाम पर पीटा जाता है, कभी उन्हें देश के संविधान को बचाने की मुहिम पर पीटा जाता है, और दिल्ली पुलिस जो अमित शाह जी के नीचे आती है वो मूक दर्शक बनी बैठी है। मोदी जी और अमित शाह जी, देश के छात्रों और युवाओं को इतना परेशान और उत्पीड़ित मत कीजिए कि पूरा देश आपके सामने खड़ा हो जाए। गुंडों पर लगाम लगाइए और उन्हें गिरफ्तार कीजिए, वरना देश के भविष्य का क्या होगा? ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ। ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, JNU 'ਤੇ ਹਮਲੇ ਨੂੰ ਕਿਹੜੀ ਸਿਆਸਤ ਨੇ ਮੂੰਹ ਟੱਕ ਕੇ ਅੰਜਾਮ ਦਿੱਤਾ? ਇਸ ਸਵਾਲ 'ਤੇ ਬਹਿਸ ਕਰਾਂਗੇ। ਪਹਿਲਾਂ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, ਸਾਰਾ ਨੌਜਵਾਨ ਪੈਨਲ ਹੈਗਾ ਜਿਹੜਾ ਸਾਡਾ ਮੌਜੂਦ ਹੈਗਾ। ਜਤਿੰਦਰ ਸਿੰਘ ਪੋਲੀਟਿਕ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਜਤਿੰਦਰ ਸਿੰਘ ਖੁਦ JNU ਦੇ ਪਾਸ ਆਊਟ ਹੈ, ਇਹਨਾਂ ਨੂੰ ਉੱਥੋਂ ਸਥਿਤੀ ਦਾ ਪਤਾ ਹੈਗਾ, ਅਤੇ ਖੁਦ ਪੋਲੀਟਿਕਲ ਸਾਇੰਸ ਦੇ ਵਿਦਿਆਰਥੀ ਹੈ ਕਿ ਇਹ ਚੰਗੀ ਤਰ੍ਹਾਂ ਸਮਝਦੇ ਆ ਕਿ ਦੇਸ਼ ਦਾ ਰਾਜਨੀਤੀ ਸ਼ਾਸਤਰ ਹੈ, ਵਿਦਿਆਰਥੀ
ਵਿਦਿਆਰਥੀਆਂ ਦੇ ਕੋਲੋਂ ਦੀ ਹੋ ਕੇ ਲੰਘਦਾ ਕਿਵੇਂ ਹੈਗਾ? ਜਤਿੰਦਰ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਚਿਰਾਂਸ਼ੂ ਰਤਨ ABVP ਦੇ ਸਟੇਟ ਸੈਕਟਰੀ ਨੇ, ਸੂਬਾ ਸਕੱਤਰ ਨੇ, ਚਿਰਾਂਸ਼ੂ ਰਤਨ ਤੁਹਾਡਾ ਬਹੁਤ ਸਵਾਗਤ ਹੈ। ਜੁਝਾਰ ਸਿੰਘ ਸਾਥ ਦੇ ਨੁਮਾਇੰਦੇ ਆ, ਮੁੱਖ ਸੇਵਾਦਾਰ ਨੇ, ਜੁਝਾਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਪ੍ਰਭਪ੍ਰੀਤ ਸਿੰਘ SFI ਦੇ ਨੁਮਾਇੰਦੇ ਨੇ, ਸਟੇਟ ਸੈਕਟਰੀ ਨੇ, ਪ੍ਰਭਪ੍ਰੀਤ ਤੁਹਾਡਾ ਬਹੁਤ ਸਵਾਗਤ ਹੈ। ਰਾਜਕਨ ਬੈਦਵਾਨ NSUI ਦੇ ਚੇਅਰਮੈਨ ਹੈ, ਰਾਜਕਨ ਬੈਦਵਾਨ ਤੁਹਾਡਾ ਬਹੁਤ ਸਵਾਗਤ ਹੈ। ਅਤੇ ਮੈਂ ਪਹਿਲਾਂ ਹੀ ਇਸ ਨੌਜਵਾਨ ਲੀਡਰਾਂ ਨੂੰ, ਨੌਜਵਾਨ ਆਗੂਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆਪਣੀ ਗੱਲ ਪੂਰੇ ਤਰੀਕੇ ਨਾਲ ਰੱਖ ਸਕਦੇ ਹੋ, ਸੰਜੀਦਗੀਆਂ ਰੱਖ ਸਕਦੇ ਹੋ। ਕਿਰਪਾ ਕਰਕੇ ਆਪਦੀ ਗੱਲ ਰੱਖਣ ਦੇ ਵਿਚਾਲੇ ਕਿਸੇ ਨੂੰ ਦੂਜੇ ਨੂੰ ਟੋਕਿਓ ਨਾ, ਕਿਉਂਕਿ ਤੁਹਾਡਾ ਵੀ ਗਰਮ ਖੂਨ ਹੈ ਅਤੇ ਮੈਂ ਚਾਹੁੰਦਾ ਤੁਹਾਡੀ ਗੱਲ ਹਰ ਤੱਕ ਪਹੁੰਚੇ ਅਤੇ ਇੱਕ ਦੂਜੇ ਦੇ ਬਹਿਸ ਦੇ ਵਿੱਚ ਅਸੀਂ ਨਾ ਪਈਏ ਉਹੋ ਜਿਹਾ ਜਿਹੜੀ ਕਿਸੇ ਨੂੰ ਸਮਝ ਨਾ ਆਵੇ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਰੇ ਆਏ ਹੋ। ਇਹ ਸਾਰੇ PU ਦੇ ਸਟੂਡੈਂਟ ਅਤੇ ਇੱਧਰ JNU ਦੇ ਸਟੂਡੈਂਟ ਪਾਸ ਆਊਟ ਆ ਜਤਿੰਦਰ ਸਿੰਘ, ਉਹ ਸਾਡੇ ਨਾਲ ਮੌਜੂਦ ਹੈਗੇ। ਚਿਰਾਂਸ਼ੂ ਰਤਨ, ਤੁਹਾਡੇ 'ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਇਹ ਸਾਰੇ ਵਿਵਾਦ ਦੀ ਜੜ ਤੁਸੀਂ ਹੋ, ਇੱਕ ਸੋਚ ਆ ਜਿਹੜੀ ਉਹ ਵਿਦਿਆਰਥੀਆਂ ਦੇ ਵਿੱਚ ਤੁਸੀਂ ਭਰਨਾ ਚਾਹੁੰਦੇ ਹੋ, ਜਿਸ ਕਰਕੇ ਸਾਰਾ ਵਿਵਾਦ ਖੜ੍ਹਾ ਹੋ ਰਿਹਾ। ਇਹ ਪਹਿਲੀ ਵਾਰ ਵਿਵਾਦ ਨਹੀਂ ਖੜ੍ਹਾ ਹੋਏਗਾ, ਪਰ ਇਹੋ ਜਿਹਾ ਵਿਵਾਦ ਪਹਿਲੀ ਵਾਰੀ ਖੜ੍ਹਾ ਹੋਇਆ? ਨਹੀਂ, ਦੇਖੋ ਜੀ, JNU ਦਾ ਆਪਾਂ ਦੇਖ ਰਹੇ ਹਾਂ ਵੀ ਕਾਫੀ ਟਾਈਮ ਤੋਂ ਪ੍ਰੋਟੈਸਟ ਚੱਲਦਾ ਆ ਰਿਹਾ। ABVP ਵੀ ਫੀ ਹਾਈਕ ਦੇ ਅਗੇਂਸਟ ਪ੍ਰੋਟੈਸਟ ਕਰ ਹੀ ਰਹੀ ਸੀਗੀ, ਪਰ ਦਿੱਕਤ ਕੀ ਹੈ, ਇੱਕ ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਕਰਨ ਦਾ ਹੱਕ ਤਾਂ ਸਭ ਨੂੰ ਹੈਗਾ ਆ, ਪਰ ਉਹਦੇ ਨਾਲ ਹੀ ਜੇ ਅਸੀਂ ਅਨਡੈਮੋਕ੍ਰੇਟਿਕ ਮੀਨਸ ਨੂੰ ਪ੍ਰੋਟੈਸਟ ਦੇ ਵਿੱਚ ਲੈ ਕੇ ਆਉਂਦੇ ਹਾਂ, ਉਸ ਚੀਜ਼ ਦਾ ABVP ਕੜਾ ਵਿਰੋਧ ਕਰਦੀ ਹੈ। ਉੱਥੇ ਦੇ ਨੋਰਮਲ ਸਟੂਡੈਂਟਸ ਜਿਹੜੇ JNU ਦੇ ਵਿਦਿਆਰਥੀ ਨੇ, ਜਿਨ੍ਹਾਂ ਨੇ ਕਿਹਾ ਵੀ ਅਸੀਂ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹਾਂ, ਅਸੀਂ ਕਰਵਾਵਾਂਗੇ ਨੈਕਸਟ ਸਮੈਸਟਰ ਲਈ, ਕਿਉਂਕਿ ਅਸੀਂ ਇੱਥੇ ਬੇਸਿਕਲੀ ਪੜ੍ਹਨ ਲਈ ਆਏ ਹਾਂ, ਉਹਨਾਂ ਨੂੰ ਰੋਕਿਆ ਗਿਆ, ਉਹਨਾਂ ਨੂੰ ਅਸਾਲਟ ਕੀਤਾ ਗਿਆ। ਉਸ ਤੋਂ ਬਾਅਦ ਕਿਵੇਂ ਇੱਕ ਲੈਫਟ ਗੂਨਸ ਦੀ ਭੀੜ ਮੌਬ ਆ ਕੇ ਅਲੱਗ ਅਲੱਗ ਯੂਨੀਵਰਸਿਟੀਜ਼ ਤੋਂ, ਆਪਾਂ ਸਕਰੀਨਸ਼ਾਟਸ ਦੇਖ ਰਹੇ ਹਾਂ, ਵੀਡੀਓ ਵਾਇਰਲ ਹੋ ਰਹੀਆਂ ਨੇ, ਉਹਦੇ ਵਿੱਚ ਜਿਹੜੀ JNU SU ਦੇ ਇਸ ਟਾਈਮ ਕਰੰਟ ਮੌਜੂਦਾ ਪ੍ਰਧਾਨ ਹੈ, ਉਹ ਵੀ ਉਸ ਮੌਬ ਨੂੰ ਲੀਡ ਕਰਦੀ ਦਿਖਾਈ ਗਈ ਹੈ ਹੋਸਟਲ ਦੇ ਸੈਕੰਡ ਫਲੋਰ ਤੋਂ। ਫਿਰ ਮੌਬ ਦੇ ਵਿੱਚ ਜਦ ਇੰਨੀ ਭੀੜ ਭੜਾਕਾ ਹੁੰਦਾ ਆ, ਹੱਥ ਪੈਰ ਇੱਕੇ ਪਾਸੇ ਨਹੀਂ ਚੱਲਦੇ ਹੁੰਦੇ, ਲੜਾਈ ਦੇ ਟਾਈਮ ਆਪਸ ਵੀ ਲੱਗ ਸਕਦੀ ਹੁੰਦੀ ਹੈ। ਯਾਨੀ ਕਿ ਜਿਹੜੀ ਉੱਥੋਂ ਦੀ ਪ੍ਰੈਜ਼ੀਡੈਂਟ ਸੀ ਉਹਨੂੰ ABVP ਨੇ ਕੁੱਟਤਾ, ਮੌਬ ਪ੍ਰੈਜ਼ੀਡੈਂਟ ਡੀਡ ਕਰਦੀ ਸੀ। ਜਾਂ ਤੱਕ ਤੁਸੀਂ ਇਹ ਮੰਨ ਲਓ ਵੀ JNU SU ਦੀ ਪ੍ਰੈਜ਼ੀਡੈਂਟ ਜਿਹੜੀ ਉਹ ABVP 'ਚ ਆ ਗਈ, ਇਹ ਤਾਂ ਨਹੀਂ ਹੈ ਨਾ। ਮੈਂ ਕੌਣ ਉਹਨਾਂ ਮੰਨਣ ਵਾਲਾ, ਤੁਸੀਂ ਲੋਕਾਂ ਨੇ ਮੰਨਣਾ। ਵੀਡੀਓ ਇਹੀ ਦੱਸ ਰਹੀ ਹੈ, ਸਕਰੀਨਸ਼ਾਟਸ ਇਹੀ ਦੱਸ ਰਹੇ ਆ ਵੀ ਜਿਹੜੀ ਮੌਬ ਲੀਡ ਕਰ ਰਹੀ ਸੀ ਉਹ ਟੋਟਲੀ ਲੈਫਟ ਲੀਡਿੰਗ ਗਰੁੱਪ ਸੀਗੇ, ਅਲੱਗ ਅਲੱਗ ਯੂਨੀਵਰਸਿਟੀਜ਼ ਤੋਂ ਇਕੱਠੇ ਹੋਏ ਸੀਗੇ, ਤੇ ਉਹਨਾਂ ਨੇ ਕਿਵੇਂ ਵੈਂਡੇਟਾ ਦੇ ਤਹਿਤ ABVP ਦੇ ਤੇ ਉੱਥੇ ਨਾਰਮਲ ਸਟੂਡੈਂਟਸ ਨੂੰ ਹੋਸਟਲ 'ਚ ਕੱਢ ਕੱਢ ਕੇ ਘੜੀਸ ਘੜੀਸ ਕੇ ਕੁੱਟਿਆ। ਲੈਫਟ ਦੀ ਲੈਫਟ ਦੀ ਲੈਫਟ ਦੀ ਮੌਤ ਕੈਂਡੀਡੇਟ ਸੀਗਾ, ਉਹਨੂੰ ਵੀ ਮਨੀਸ਼ ਜੰਗੀੜ, ਉਹਨੂੰ ਵੀ ਘੜੀਸ ਕੇ ਕੁੱਟਿਆ ਗਿਆ, ਉਹਦੀ ਬਾਹ ਟੁੱਟੀ, ਉਹਦੇ ਬਾਹ 'ਚ ਫ੍ਰੈਕਚਰ ਆਇਆ। ਠੀਕ ਹੈ ਲੈਫਟ ਦੀ ਮੌਬ ਸੀਗੀ, ਬਿਲਕੁਲ ਸੀਗੀ। ਠੀਕ ਹੈ, ਇਹਦਾ ਮਤਲਬ ਗ੍ਰਹਿ ਮੰਤਰਾਲਾ ਜਿਹੜਾ ਜਿਹਦੇ ਅੰਡਰ ਹੈ ਪੁਲਿਸ ਹੈ ਸਾਰੀ, ਉਹ ਨਾਕਾਮ ਸਾਬਤ ਹੋਇਆ? ਨਾਕਾਮ ਤਾਂ ਜੀ ਆਏ ਆ ਵੀ ਉੱਥੇ ਦੇ JNU SU ਜਿੰਨੀਆਂ ਪੁਰਾਣੇ ਪ੍ਰਧਾਨ ਰਹੇ ਨੇ ਜਾਂ ਜਿੰਨੀ ਉੱਥੇ ਲੈਫਟ ਲੀਨਿੰਗ ਗਰੁੱਪਸ ਹੈ, ਉੱਥੇ ਦੀ ਫੈਕਲਟੀ ਨੂੰ ਇਨਕਲੂਡ ਕਰਕੇ ਇੱਕ ਹੀ ਡਿਮਾਂਡ ਕਰਦੇ ਆ ਕਿ ਪੁਲਿਸ ਕੈਂਪਸ ਸੈਂਟਰ ਨਾ ਹੋਵੇ। ਕਿਉਂ ਨਾ ਹੋਵੇ? ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਜੇ ਪੁਲਿਸ ਨੂੰ ਦਿੰਦੇ ਹਾਂ ਆਪਾਂ, ਇਹ ਸਾਰਿਆਂ ਨੇ ਆਪਣੇ 20 ਵਾਰ ਸੁਣਿਆ ਕਿ ਉੱਥੇ ਦੇ ਵਿਦਿਆਰਥੀ ਚਾਹੁੰਦੇ ਨੇ ਕਿ ਪੁਲਿਸ ਕੈਂਪਸ ਸੈਂਟਰ ਨਾ ਹੋਵੇ। ਕਿਉਂ? ਕਿਉਂਕਿ ਐਸੇ ਮਨਸੂਬਿਆਂ ਨੂੰ ਅੰਜਾਮ ਦਿੱਤਾ ਜਾ ਸਕੇ। ਹਾਂ, ਪ੍ਰਭਪ੍ਰੀਤ ਜੀ, ਤੁਸੀਂ ਇਹਨਾਂ 'ਤੇ ਇਲਜ਼ਾਮ ਲਾ ਰਹੇ ਹੋ, ਤੁਹਾਡੇ 'ਤੇ ਲਾ ਰਹੇ ਹਾਂ ਜੀ? ਬਿਲਕੁਲ ਠੀਕ ਹੈ ਜੀ। ਹਾਂ, ABVP ਦੇ ਕੱਲ੍ਹ ਜਿਹੜਾ ਗੁੰਡਾ ਨਾਚ ਕੱਲ੍ਹ ਕੀਤਾ ਗਿਆ ਦਿੱਲੀ ਦੀਆਂ ਸੜਕਾਂ ਦੇ ਉੱਤੇ, ਉਹ ਸ਼ਾਇਦ ਪਹਿਲਾਂ ਕਦੀ ਨਹੀਂ ਦੇਖਿਆ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਭੀੜ ਆਵੇ ਅਤੇ ਆ ਕੇ ਲੋਕਾਂ ਨੂੰ ਹੋਸਟਲਾਂ 'ਚੋਂ ਲੱਭ ਲੱਭ ਕੇ ਕੁੱਟੇ। ਕੱਲ੍ਹ ਸਾਡੀ ਪ੍ਰਧਾਨ ਜਿਹੜੀ ਹੈ ਆਇਸ਼ੀ ਘੋਸ਼, ਉਹਨੂੰ ਟਾਂਕੇ ਲੱਗੇ ਸਿਰ ਦੇ ਵਿੱਚ, ਉਹਦੀ ਬਾਂਹ ਟੁੱਟ ਗਈ, ਉਹਨੂੰ ਬੁਰੇ ਤਰੀਕੇ ਕੁੱਟਿਆ ਗਿਆ। 25 ਹੋਰ ਵਿਦਿਆਰਥੀ ਨੇ, ਮੈਂ ਇੱਥੇ ਇੱਕ ਚੀਜ਼ ਜੋੜ ਦਵਾਂ, ਸੰਤੋਸ਼ ਭਗਤ ਨਾਂ ਦਾ ਇੱਕ ਵਿਦਿਆਰਥੀ ਜਿਹੜਾ ਕਮਰੇ 'ਚ ਪੜ੍ਹ ਰਿਹਾ ਸੀ, ਉਹਨੂੰ ਚੱਕ ਕੇ ਬਾਰੀ ਤੋਂ ਥੱਲੇ ਸੁੱਟ ਦਿੱਤਾ ਪਹਿਲੀ ਮੰਜ਼ਿਲ ਤੋਂ। ਉਹ ਕਿਹਨੇ ਸੁੱਟਿਆ? ਉਹ ਸਾਡਾ ਤਾਂ ਸਿੱਧਾ ਇਲਜ਼ਾਮ ਹੈ ਜੀ ਕਿ ਉਹ ABVP ਦੇ ਗੁੰਡੇ ਨੇ। ਮੈਂ ਉਹਨੂੰ ਕਲੀਅਰ ਕਰ ਦਿੰਦਾ ਕਿਵੇਂ। ਜਦੋਂ ਇੱਕ ਭੀੜ, ਇਹਨਾਂ ਦੇ ਆਪਣੇ ਪ੍ਰਧਾਨ ਮੰਤਰੀ ਕਹਿੰਦੇ ਨੇ ਜੀ ਤੁਸੀਂ ਕੱਪੜਿਆਂ ਤੋਂ ਪਛਾਣੋ, ਇਹਨਾਂ ਦੇ ਆਪਣੇ ਪ੍ਰਧਾਨ ਮੰਤਰੀ ਨਹੀਂ, ਪਹਿਲਾਂ ਤਾਂ ਆਪਾਂ ਇਹ ਕਰੈਕਟ ਕਰ ਲਈਏ, ਦੇਸ਼ ਦੇ ਪ੍ਰਧਾਨ ਮੰਤਰੀ। ਜਦੋਂ ਪ੍ਰਧਾਨ ਮੰਤਰੀ, ਜਦੋਂ ਪੂਰਾ ਦੇਸ਼ ਬਲ ਰਿਹਾ ਹੋਵੇ ਤੇ ਝਾਰਖੰਡ 'ਚ ਜਾ ਕੇ ਕਹਿਣ ਕਿ ਮੈਂ ਇੱਥੇ ਆਇਆ ਤੁਹਾਡੇ ਕੋਲੋਂ ਵੋਟਾਂ ਮੰਗਣ ਲਈ BJP ਦੇ ਵੱਲੋਂ, ਤੇ ਉਦੋਂ ਅਸੀਂ ਸਾਨੂੰ ਇਸ ਚੀਜ਼ ਨੂੰ ਕਲੀਅਰ ਕਰਨਾ ਪਏਗਾ ਕਿ ਪ੍ਰਧਾਨ ਮੰਤਰੀ ਨੂੰ ਉਸ ਪਦ ਦੀ ਗਰਿਮਾ ਰੱਖਣੀ ਚਾਹੀਦੀ ਹੈ। ਤੇ ਇਹ ਉਹੀ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਪਹਿਲਾਂ ਮਨਮੋਹਨ ਸਿੰਘ ਦੇ ਉੱਤੇ, ਜਦੋਂ ਉਹਨਾਂ ਦੇ, ਮੈਨੂੰ ਇੱਕ ਮਿੰਟ ਕਲੀਅਰ ਕਰ ਦਿੰਦੇ ਹੋ, ਜਦੋਂ ਮੁੱਖ ਮੰਤਰੀ ਸੀਗੇ ਉਹ ਸਿੱਧਾ ਸਿੱਧਾ ਚੈਲੰਜ ਕਰਦੇ ਸੀਗੇ ਕਿ ਕਾਂਗਰਸ ਦਾ ਪ੍ਰਧਾਨ ਮੰਤਰੀ ਹੈ। ਅੱਜ ਜਦੋਂ ਉਸੇ ਅਹੁਦੇ ਤੇ ਬੈਠੇ ਨੇ, ਉਹਨਾਂ ਨੂੰ ਇਹ ਪਦ ਦੀ ਗਰਿਮਾ ਯਾਦ ਆ ਗਈ। ਅਸੀਂ ਕਲੀਅਰ ਕੱਟ ਮੰਨਦੇ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਪਰ ਉਹਨਾਂ ਨੂੰ ਵੀ ਉਸ ਰੁਤਬੇ ਦਾ ਜਿਹੜਾ ਮਾਣ ਰੱਖਣਾ ਚਾਹੀਦਾ। ਤੇ ਕੱਲ ਜਿਹੜੀਆਂ ਚੀਜ਼ਾਂ ਦੇ ਤੁਹਾਡੇ ਕੋਲ ਪ੍ਰੂਫ ਹੈਗਾ ਕਿ ABVP ਨੇ ਸਭ ਕੁਝ ਕੀਤਾ, ਲਗਾਤਾਰ ਵੀਡੀਓਜ਼ ਆ ਰਹੀਆਂ ਨੇ ਸਰ, ਵੀਡੀਓ ਵਿੱਚ ਤੁਸੀਂ ਹੋ, ਤੁਸੀਂ ਕਹਿ ਰਹੇ ਹੋ ਵੀਡੀਓ ਵਿੱਚ ਇਹ ਤੇ ਇਸ ਤਰ੍ਹਾਂ ਹੈ ਜੀ ਕਿ ਝੂਠ ਬੋਲਾਂਗੇ ਇਹ ਵੀਡੀਓ ਦਿਖਾ ਰਹੇ ਨੇ ਤੇ ਕਲੀਅਰ ਹੈਡਲਾਈਨਸ ਨੇ ਉਹਨਾਂ ਦੀਆਂ ਕਿ ਲੈਫਟ ਨੇ ਮੌਬ
ਸਟੇਟਮੈਂਟ ਰਤਨ ਸਾਹਿਬ ਇਦਾਂ ਨਹੀਂ ਚੱਲੂਗਾ, ਪ੍ਰਭਪ੍ਰੀਤ ਇਦਾਂ ਨਹੀਂ ਚੱਲੂਗਾ। ਸਰ ਰਾਜਕਨ ਬੈਦਵਨ, ਇੱਕ ਮਿੰਟ ਪਲੀਜ਼, ਰਾਜਕਨ ਬੈਦਵਨ NSUI ਦੀ ਕੀ ਪ੍ਰਤੀਕਿਰਿਆ? ਸਰ ਬਿਲਕੁਲ, ਜਿੱਦਾਂ ਆਪਾਂ ਦੇਖਿਆ ਕਿ ਪ੍ਰੋਟੈਸਟ ਕਰ ਰਹੇ ਸੀਗੇ ਉੱਥੇ ਦੇ ਸਟੂਡੈਂਟ, ਆਪਾਂ ਆਪ ਇੱਕ ਸਟੂਡੈਂਟ ਹੈ, ਉੱਥੇ ਦੀ ਜਿਹੜੀ ਪ੍ਰੈਜ਼ੀਡੈਂਟ ਸੀਗੀ, ਫੀਮੇਲ ਪ੍ਰੈਜ਼ੀਡੈਂਟ ਸੀਗੀ, ਉਹਨੂੰ ਆ ਕੇ ਉਹ ਖੁਦ ਕਹਿ ਰਹੀ ਹੈ ਕਿ ABVP ਦੇ ਬੰਦੇ ਸੀਗੇ ਜਿਨ੍ਹਾਂ ਨੇ ਧਮਕਾਇਆ ਅਤੇ ਕੁੱਟਿਆ ਉਹਨਾਂ ਨੂੰ, ਰੋਡ ਲੈ ਕੇ, ਹੈਮਰ ਲੈ ਕੇ, ਲਾਠੀਆਂ ਲੈ ਕੇ। ਹੁਣ ਅਗਲੀ ਝੂਠ ਕਿਉਂ ਬੋਲੂਗੀ? ਇਹ ਤਾਂ ਸਰ ABVP ਤੋਂ ਇਹ ਤਾਂ ਮੁੱਕਰ ਰਹੇ ਆ ਉਹ ਗੱਲ ਤੋਂ। ਅੱਜ ਜਿੱਦਾਂ ਆਪਣੇ ਗਿਆਨਚੰਦ ਗੁਪਤਾ ਜੀ ਆਏ ਸਵੇਰੇ ਉੱਥੇ, ਉਹਨਾਂ ਨੇ ਵੁਮੈਨ ਇੰਪਾਵਰਮੈਂਟ ਦੀ ਗੱਲ ਕੀਤੀ, ਉੱਥੇ ਤੁਸੀਂ ਫੀਮੇਲ ਪ੍ਰੈਜ਼ੀਡੈਂਟ ਨੂੰ ਕੁੱਟ ਰਹੇ ਹੋ, ਇਹ ਕਾਹਦੀ ਵੁਮੈਨ ਇੰਪਾਵਰਮੈਂਟ ਦੀ ਗੱਲ ਹੈ? ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਸਿਆਸੀ ਦੰਗਲ ਤੋਂ ਪਹਿਲਾਂ ਖੁੱਲ੍ਹੀ ਦੰਗਲ ਕਿਉਂ ਖੇਡਿਆ ਜਾ ਰਿਹਾ ਹੈਗਾ, ਸਵਾਲ ਬੜਾ ਮਹੱਤਵਪੂਰਨ ਹੈਗਾ, ਦਿੱਲੀ ਵਿੱਚ ਚੋਣਾਂ ਹੈਗੀਆਂ, ਕਿਸੇ ਕੀ ਇਸ ਕਰਕੇ ਤਣਾਅ ਨਹੀਂ ਹੈਗਾ? ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਜਤਿੰਦਰ ਸਿੰਘ ਖਰਾ ਕੋਲ ਹੋਵੇਗਾ ਜ਼ਰੂਰ। ਸਵਾਲ ਇੱਕੋ ਪੁੱਛ ਰਿਹਾ, ਸਵਾਲ ਅਸੀਂ ਇਹ ਪੁੱਛ ਰਹੇ, ਜੇ ਉੱਤੇ ਹਮਲੇ ਨੂੰ ਕਿਹੜੀ ਸਿਆਸਤ ਨੇ ਮੂੰਹ ਟੱਕ ਕੇ ਅੰਜਾਮ ਦਿੱਤਾ? ਜਤਿੰਦਰ ਸਿੰਘ, ਮੇਰਾ ਬਹੁਤ ਸਧਾਰਨ ਸਵਾਲ ਹੈ ਕਿ ਕੈਂਪਸ ਪਾਸ ਇਹਨਾਂ ਗੁੰਡਿਆਂ ਨੂੰ ਕੌਣ ਦੇ ਰਿਹਾ? ਦੇਖੋ ਜੀ, ਮੈਨੂੰ ਲੱਗਦਾ ਵੀ ਜੇ ਆਪਾਂ ਇਹਨੂੰ ਸਮਝਣਾ ਹੋਵੇ ਤਾਂ ਇਹ ਗੁੰਡਾਗਰਦੀ ਬਹੁਤ ਛੋਟਾ ਸ਼ਬਦ ਹੈ। ਇਹਨੂੰ ਮੈਂ ਇੱਕ ਹੀ ਸ਼ਬਦ ਨਾਲ ਸੰਬੋਧਿਤ ਹੋਣਾ ਚਾਹੁੰਦਾ, ਉਹ ਹੈਗਾ ਫਾਸੀਵਾਦ। ਉਹ ਮੈਂ ਕਹਿ ਇਸ ਕਰਕੇ ਰਿਹਾ ਕਿਉਂਕਿ ਜਦੋਂ ਹਕੂਮਤ ਜਾਂ ਸੱਤਾ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਇੱਕ ਵਿਚਾਰਧਾਰਾ ਨੂੰ ਫੈਲਾਉਣ ਵਾਸਤੇ ਜਾਂ ਉਹਨੂੰ ਕਹੀਏ ਥੋਪਣ ਵਾਸਤੇ ਆਪਣੇ ਵਿਰੋਧੀ ਵਿਚਾਰਧਾਰਾ ਦੇ ਬੰਦਿਆਂ ਉੱਤੇ ਕਾਤਲਾਨਾ ਹਮਲਾ ਕਰਵਾਵੇ, ਉਹਨੂੰ ਤੁਸੀਂ ਕੋਈ ਹੋਰ ਗੁੰਡਾਗਰਦੀ ਨਹੀਂ ਕਹਿ ਸਕਦੇ। ਗੁੰਡਾਗਰਦੀ ਦਾ ਮਤਲਬ ਹੁੰਦਾ ਕੋਈ ਇੱਕ ਗੁੱਟ ਲੜ ਪਿਆ, ਕੋਈ ਕਿਸੇ ਨੇ ਅਰ ਉਹ ਵੀ ਕੋਈ ਪੁਲਿਸ ਤੋਂ ਚੋਰੀ ਆ ਗਿਆ ਜਾਂ ਕਿਸੇ ਨਾਲ ਇੱਕ ਗਰੁੱਪ ਦੀ ਕਿਸੇ ਦੂਜੇ ਦੀ ਲੜਾਈ ਹੋ ਗਈ। ਇਹ ਬਹੁਤ ਯੋਜਨਾਬੱਧ ਤਰੀਕੇ ਨਾਲ JNU 'ਤੇ ਹਮਲਾ ਏ। ਜਿਹੜਾ ਇਹ ਹਮਲਾ ਏ, ਇਹ ਇੱਕ ਵਿਚਾਰਧਾਰਾ ਨੂੰ ਫੈਲਾਉਣ ਦਾ ਹਮਲਾ ਏ, ਜਿਹੜੀ ਉਹ ਵਿਚਾਰਧਾਰਾ ਜਿਹੜੀ ਹਿਟਲਰ ਕਿਤੇ ਆਰੀਅਨ ਸੱਭਿਅਤਾ ਦੀ ਗੱਲ ਤੋਂ ਲਿਆਇਆ ਸੀ ਅਤੇ ਇਹ ਹਿੰਦੁੱਤਵ ਦੀ ਸੱਭਿਅਤਾ ਦੀ, ਅਤੇ ਇਹ ਹਿੰਦੁੱਤਵ 'ਤੇ ਲਿਆ ਕੇ ਖੜਾ ਕਰ ਰਹੇ ਨੇ, ਅਤੇ ਉਹ ਹਿੰਦੁੱਤਵ ਜਿਹਦੇ 'ਚ ਨਾ ਤਾਂ ਗਿਆਨਵਾਨ ਯੂਨੀਵਰਸਿਟੀਆਂ ਵਾਸਤੇ ਥਾਂ ਹੈ। ਠੀਕ ਹੈ ਜਿੰਦਰ ਸਿੰਘ, ਮੈਂ ਜੇ ਤੁਹਾਡੀ ਗੱਲ ਨੇ ਅੱਗੇ ਵਧਾਂ, ਤੁਹਾਡੇ ਆਰਗੂਮੈਂਟ ਨੇ ਅੱਗੇ ਵਧਾਂ, ਇਹ ਤਾਂ ਫਿਰ ਵਨ ਸਾਈਡਡ ਡਿਬੇਟ ਨਹੀਂ ਹੋ ਜੂਗੀ? ਜਦੋਂ ਇਹ ਕਹਿ ਰਿਹਾ ਕਿ ਸਾਡੇ ਵੀ ਉੱਥੇ ਮੁੰਡੇ ਕੁੜੀਆਂ ਕੁੱਟੇ ਗਏ ਆ, ਉਹਨਾਂ ਦੀਆਂ ਬਾਹਾਂ ਟੁੱਟੀਆਂ ਹੈਗੀਆਂ, ਜੋ ਇਹ ਦਾਅਵੇ ਕਰਦੇ ਪਏ, ਮੈਂ ਉਹਨਾਂ ਦਾਅਵਿਆਂ ਦੀ ਦਾਅਵੇ 'ਤੇ ਗੱਲ ਕਰਦਾ ਪਿਆ, ਇਹਦੇ ਮਤਲਬ ਦੋ ਪਾਸੜ ਲੜਾਈ ਹੋਈ ਨਾ, ਇੱਕ ਪਾਸੜ ਤਾਂ ਨਹੀਂ ਹੋਈ? ਦੇਖੋ, ਇੱਕ ਜਿਹੜੀ ਜਿਹੜੀ ਤੁਸੀਂ ਇੱਕ ਪਾਸੜ ਜਾਂ ਦੋ ਪਾਸੜ ਲੜਾਈ ਦੀ ਗੱਲ ਕਰ ਰਹੇ ਹੋ, ਇਹ ਦਰਅਸਲ ਮਕਸਦ ਹੀ ਇਹ ਹੁੰਦਾ ਵੀ ਤੁਸੀਂ ਸਮਾਜ ਦੇ ਇੱਕ ਤਬਕੇ ਨੂੰ ਖੁੱਲ੍ਹਾ ਛੱਡਦੇ ਹੋ ਹਥਿਆਰਾਂ ਦੇ ਨਾਲ ਲੈਸ ਕਰਾ ਕੇ। ਜੇ ਤੁਸੀਂ ਉਹ ਰਿਪੋਰਟਾਂ ਵੀ ਪੜ੍ਹੀਆਂ ਹੋਣ, ਤੁਸੀਂ JNU ਦੀ ਆਪਣੀ ਸਿਕਿਉਰਿਟੀ ਹੈ, JNU 'ਚ ਪੁਲਿਸ ਵਾਰ ਵਾਰ ਆਉਂਦੀ ਰਹੀ ਹੈ, ਇੰਨੀ ਜ਼ਿਆਦਾ ਸੰਖਿਆ 'ਚ 200 ਤੋਂ ਲੈ ਕੇ 300 ਤੱਕ ਜਿਹੜਾ ਹਥਿਆਰਬੰਦ ਹੋ ਕੇ ਉੱਥੇ ਬੰਦੇ ਪਹੁੰਚੇ ਨੇ, ਉਹ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ, ਸਹਿਮਤੀ ਤੋਂ ਬਿਨਾਂ, JNU ਦੇ ਪ੍ਰਸ਼ਾਸਨ ਤੋਂ ਬਿਨਾਂ, ਪੁਲਿਸ ਦੀ ਮਨਜ਼ੂਰੀ ਤੋਂ ਬਿਨਾਂ ਜਾਂ ਪੁਲਿਸ ਦੀ ਸਾਜ਼ਿਸ਼ ਤੋਂ ਬਿਨਾਂ, ਜਿਹੜੀ ਪੁਲਿਸ ਗ੍ਰਹਿ ਮੰਤਰੀ ਦੇ ਸਿੱਧਾ ਅੰਦਰ ਆਉਂਦੀ ਹੈ, ਉਹਦੇ ਤੋਂ ਬਿਨਾਂ ਐਡਾ ਵੱਡਾ ਹਮਲਾ ਨਹੀਂ ਹੋ ਸਕਦਾ। JNU ਪ੍ਰਸ਼ਾਸਨ, JNU ਪ੍ਰਸ਼ਾਸਨ, ਗ੍ਰਹਿ ਮੰਤਰਾਲਾ, ਇਹ ਸਭ ਮਿਲੇ ਹੋਏ ਆ, ਇਹ ਸਾਰੇ ਮਿਲੇ ਹੋਏ ਨੇ, ਤੇ ਇਹ ਇੱਕ ਵਿਚਾਰਧਾਰਾ ਨੂੰ ਫੈਲਾਉਣ ਦਾ ਮਸਲਾ ਹੈ। ਠੀਕ ਹੈ, ਜੁਝਾਰ ਸਿੰਘ, ਮੈਂ ਆ ਰਿਹਾ, ਪਲੀਜ਼ ਜੁਝਾਰ ਸਿੰਘ, ਤੁਸੀਂ ਕਿਸ ਤਰੀਕੇ ਨਾਲ ਇਸ ਪੂਰੇ ਐਪੀਸੋਡ ਨੂੰ ਦੇਖਦੇ ਹੋ? ਦੇਖੋ, ਦੇਸ਼ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੁਝ ਘਟਨਾਵਾਂ ਵਾਪਰ ਰਹੀਆਂ, ਅਤੇ ਇੱਕ ਘਟਨਾ ਨੂੰ ਉਸ ਤੋਂ ਧਿਆਨ ਭਟਕਾਉਣ ਵਾਸਤੇ ਦੂਜੀ ਘਟਨਾ ਵਾਪਰਦੀ ਆ। ਉਹ ਇੱਕ ਟਰੈਪ ਵਾ, ਅਤੇ ਵਿਦਿਆਰਥੀ ਵੀ ਉਹਦੇ ਵਿੱਚ ਫਸ ਰਹੇ ਨੇ ਮੈਨੂੰ ਲੱਗਦਾ। ਜਿਵੇਂ JNU ਦੇ ਫੀਸਾਂ ਵਧੀਆਂ, ਉਸ ਤੋਂ ਬਾਅਦ ਜੋ CA ਦਾ ਵਿਰੋਧ, ਜਿਸ ਤਰ੍ਹਾਂ ਦਾ ਵਿਰੋਧ ਵਿਦਿਆਰਥੀਆਂ ਨੇ ਕੀਤਾ ਇਸ ਦੇਸ਼ ਦੇ ਵਿੱਚ, ਉਹ ਸੱਤਾ ਨੂੰ ਇੱਕ ਵਾਰੀ ਉਹਨੇ ਪੈਰਾਂ ਤੋਂ ਕੱਢਤਾ, ਅਤੇ ਉਸ ਤੋਂ ਬਾਅਦ ਜੋ ਅੱਜ ਕੱਲ੍ਹ JNU ਦੇ ਵਿੱਚ ਮਿਲਿਆ, ਅਸਲ ਦੇ ਵਿੱਚ ਇਹ ਜਿਹੜੀ ਵਿਚਾਰਧਾਰਾ ਦੇਸ਼ ਦੇ ਉੱਪਰ ਰਾਜ ਕਰ ਰਹੀ ਹੈ, ਇਹ ਹਮੇਸ਼ਾ ਹੀ ਆਪਣੇ ਜਿਸਨੂੰ ਇਹ ਦੁਸ਼ਮਣ ਮੰਨਦੀ ਆ, ਉਹਨੂੰ ਜਲਾਲਤ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਜਾਂਦਾ। ਜਾਮੀਆ ਮਿਲਿਆ ਇਸਲਾਮੀਆ ਦੇ ਵਿੱਚ ਜਿਸ ਤਰ੍ਹਾਂ ਕੀਤਾ ਗਿਆ, ਜਿਸ ਤਰ੍ਹਾਂ ਮੁਸਲਿਮ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਕੀਤਾ ਗਿਆ, ਵਿਦਿਆਰਥੀਆਂ ਦੇ ਹੱਥ ਖੜ੍ਹੇ ਕਰਵਾਏ ਗਏ। ਅੱਜ ਦੀ ਤੁਹਾਨੂੰ ਗੱਲ ਦੱਸਦਾ, ਪੰਜਾਬ ਯੂਨੀਵਰਸਿਟੀ ਦੇ ਵਿੱਚ ਗਿਆਨਚੰਦ ਗੁਪਤਾ ਹੋਣੀ ਆਏ, ਇਸ ਤੋਂ ਇਲਾਵਾ ਹੋਰ ਵੀ ਜੋ BJP ਦੇ ਨੁਮਾਇੰਦੇ ਆਏ, ਉਹ ਸਾਰੀ ਗੱਲ ਕਰ ਰਹੇ ਸੀ BJP ਨੇ ਕਿਵੇਂ ਵੁਮੈਨ ਇੰਪਾਵਰਮੈਂਟ ਦੀ ਗੱਲ ਕੀਤੀ। ਉਸ ਸਮੇਂ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਕਿ ਤੁਹਾਡੇ ਕੋਈ ਰਾਈਟ ਨਹੀਂ ਹੈ ਕਿ ਵੁਮੈਨ ਇੰਪਾਵਰਮੈਂਟ ਦੀ ਗੱਲ ਕਰਨ ਦਾ, ਜੋ ਤੁਸੀਂ ਔਰਤਾਂ ਦੀ ਹਾਲਤ ਕੀਤੀ ਇਸ ਦੇਸ਼ ਦੇ ਵਿੱਚ। ਵਿਦਿਆਰਥੀਆਂ ਨੂੰ ਬਾਹਰ ਕੱਢ ਦਿੱਤਾ ਗਿਆ, ਉਸ ਤੋਂ ਬਾਅਦ ਗਿਆਨਚੰਦ ਗੁਪਤੇ ਦਾ ਇਹ ਉਹਨੇ ਲਫ਼ਜ਼ ਵਰਤੇ ਕਿ ਇਹ ਸੈਪਰੇਟਿਸਟ, ਇਹ ਦੇਸ਼ ਧਰੋਹੀ, ਇਹ ਫੋਰਨ ਫੰਡਿੰਗ ਨਾਲ ਕੰਮ ਕਰਨ ਵਾਲੇ ਲੋਕ ਨੇ, ਵਿਦਿਆਰਥੀਆਂ ਦੇ ਉੱਪਰ ਇਹ ਟੈਗ ਲਾ ਦਿੱਤਾ ਗਿਆ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ 21 ਫਰਵਰੀ 1952 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਇੱਕ ਵਿਦਿਆਰਥੀ ਮੂਵਮੈਂਟ ਚੱਲ ਰਹੀ ਸੀ, ਜਦੋਂ ਬੰਗਲਾ ਭਾਸ਼ਾ ਨੂੰ ਲੈ ਕੇ ਉੱਥੇ ਗੋਲੀ ਚਲਾ ਕੇ 9 ਵਿਦਿਆਰਥੀਆਂ ਨੂੰ ਮਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਸ ਦੁਨੀਆ ਦੇ ਨਕਸ਼ੇ ਉੱਪਰ ਇੱਕ ਨਵੇਂ ਦੇਸ਼ ਦਾ ਜਨਮ ਹੋਇਆ ਸੀ, ਉਹਦਾ ਨਾਂ ਸੀ ਬੰਗਲਾਦੇਸ਼। ਵਿਦਿਆਰਥੀਆਂ ਦਾ ਪੰਗਾ ਲੈਣਾ ਹਕੂਮਤਾਂ ਨੂੰ ਹਮੇਸ਼ਾ ਮਹਿੰਗਾ ਪੈਂਦਾ। ਤੁਹਾਨੂੰ ਲੱਗਦਾ ਕਿ ਵਿਦਿਆਰਥੀ ਮੂਵਮੈਂਟ ਕਰਕੇ ਹਿੱਲੀ ਹੋਈ ਹੈ ਸਰਕਾਰ? ਬਿਲਕੁਲ ਜੀ, ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ABVP ਵੱਲੋਂ ਫੇਕ ਜਿਹਨੂੰ ਕਹਿੰਦੇ ਪ੍ਰੋਟੈਸਟ ਕੀਤੇ ਜਾ ਰਹੇ ਨੇ। ਅੱਜ 15 ਬੰਦੇ ABVP ਦੇ ਪ੍ਰੋਟੈਸਟ ਕਰ ਰਹੇ ਸੀ, 50 ਪੁਲਿਸ ਵਾਲੇ ਇਹਨਾਂ ਨੂੰ ਸਿਕਿਓਰ ਕਰ ਰਹੇ ਸੀ। ਇਹ ਕਿਸ ਤਰ੍ਹਾਂ ਦਾ ਪ੍ਰੋਟੈਸਟ ਜਿੱਥੇ 50 ਪੁਲਿਸ ਵਾਲੇ ਲਾ ਕੇ ਪ੍ਰੋਟੈਸਟ ਕਰਵਾਇਆ ਜਾ ਰਿਹਾ ਹੋਵੇ?
ਇਹ ਸਾਰੇ ਜਿੰਨੇ ਵੀ ਆਪਣੇ ਪੁਲਿਸ ਵਾਲੇ ਵੀਸੀ ਦੀ ਮਨਜ਼ੂਰੀ ਨਾਲ 5 ਘੰਟੇ ਪੁਲਿਸ ਬਾਹਰ ਰੋਕੀ ਗਈ ਉਹ ਕਿਉਂ ਨਹੀਂ ਆਈ ਅੰਦਰ ਕਹਿੰਦੇ ਹਥਿਆਰ ਬੰਦ ਸੀ ਜਦੋਂ ਬੰਦੇ ਉੱਥੇ ਵੀ ਵੀਸੀ ਦੀ ਮਨਜ਼ੂਰੀ ਨਾਲ ਇੱਥੇ ਵੀ ਵੀਸੀ ਦੀ ਮਨਜ਼ੂਰੀ ਨਾਲ ਬਿਲਕੁਲ ਸਰ ਕਿਉਂਕਿ ਵੀਸੀ ਇਹਨਾਂ ਦਾ ਬੀਜੇਪੀ ਵਾਲਿਆਂ ਦਾ ਵੀਸੀ ਹੈ ਆਰਐਸਐਸ ਵਾਲਿਆਂ ਦਾ ਵੀਸੀ ਮੈਨੂੰ ਇਹ ਸਵਾਲ ਦਾ ਜਵਾਬ ਦਿਓ ਠੀਕ ਹੈ ਮੈਂ ਇਸ ਸਵਾਲ ਤਿਆਰ ਹੈ ਚਿਰਾਂਸ਼ੂ ਰਤਨ ਇਸ ਸਵਾਲ ਦਾ ਜਵਾਬ ਦਿਓ ਵੀਸੀ ਆਰਐਸਐਸ ਦੇ ਨੇ ਇਸ ਕਰਕੇ ਸਭ ਕੁਛ ਹੋ ਰਿਹਾ ਇਹ ਜਿਹੜੇ ਜਗਦੀਸ਼ ਜੀ ਜਿਹਨਾਂ ਦਾ ਨਾਮ ਹੈਗਾ ਵੀਸੀ ਜੀਐਨਯੂ ਦੇ ਉਹਨਾਂ ਦੇ ਬਾਰੇ ਤਾਂ ਬਹੁਤ ਕੁਛ ਪਹਿਲਾਂ ਤੋਂ ਹੀ ਆ ਬੜਾ ਪਾਪੂਲਰ ਆ ਦੇਖੋ ਇੰਨੀਆਂ ਰਿਪੋਰਟਾਂ ਪਈਆਂ ਉਹਨਾਂ ਦੇ ਵੀਸੀ ਸਾਹਿਬ ਜੀ ਮੈਂਬਰ ਰਹੇ ਆ ਵਿਜਨਾਨਾ ਭਾਰਤੀ ਆਰਐਸਐਸ ਵਿੰਗ ਇਨਵੋਲਵ ਵਿਦ ਦ ਸਵਦੇਸ਼ੀ ਸਾਇੰਸ ਮੂਵਮੈਂਟ ਦੇਖੋ ਜੀ ਤੁਸੀਂ ਸੰਘ ਦੀ ਸੋਚ ਦਾ ਕਬਜ਼ਾ ਕਰਨਾ ਚਾਹੁੰਦੇ ਹੋ ਵਿਦਿਅਕ ਦਾ ਰਹਿਤ ਉਹਦੇ ਇੱਕ ਪ੍ਰੋਪਰ ਐਲੀਜੀਬਿਲਟੀ ਕ੍ਰਾਈਟੇਰੀਆ ਹੁੰਦਾ ਆ ਉਹਨੂੰ ਉਹ ਜ਼ਰੂਰ ਸੈਟੀਸਫਾਈ ਕਰਦੇ ਹੋਣਗੇ ਤਾਂ ਹੀ ਉੱਥੇ ਇਨਕੰਬੈਂਟ ਨੇ ਨੰਬਰ 1 ਨੰਬਰ 2 ਜਿਹੜੀ ਇਹਦਾ ਮਤਲਬ ਆਪਣਾ ਮੁੱਦੇ ਵਾਈਜ਼ ਚੱਲੀਏ ਗ੍ਰਹਿ ਮੰਤਰਾਲੇ ਦੀ ਨਾਕਾਮੀ ਹੈ ਪੁਲਿਸ ਕੰਟਰੋਲ ਨਹੀਂ ਹੋ ਰਹੀ ਜਾਂ ਜੀਐਨਯੂ ਦੇ ਵੀਸੀ ਸਾਹਿਬ ਦੀ ਨਾਕਾਮੀ ਆ ਜਿਨ੍ਹਾਂ ਤੋਂ ਇਹ ਸਾਰਾ ਕੁਝ ਸਾਂਭਿਆ ਨਹੀਂ ਜਾ ਰਿਹਾ ਜਿਹੜੀ ਇੱਕ ਵਿਚਾਰਧਾਰਾ ਕਿਸੇ ਦੀ ਨਾਕਾਮੀ ਤਾਂ ਹੋਊਗੀ ਨਾ ਮੈਂ ਤੁਹਾਨੂੰ ਇਸੇ ਗੱਲ ਦਾ ਜਵਾਬ ਦਿੰਦਾ ਜਿਹੜੀ ਇੱਕ ਵਿਚਾਰਧਾਰਾ ਉਹ ਚਾਰ ਦੀਵਾਰੀ ਦੇ ਅੰਦਰ ਡੋਮੀਨੇਟਿਡ ਹੈ ਕਾਫੀ ਟਾਈਮ ਤੋਂ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਇਹੀ ਗੱਲ ਹੈ ਇੱਕ ਮਿੰਟ ਚਰਨਾ ਇਦਾਂ ਨਾ ਕਰੋ ਵੀਸੀ ਸਾਹਿਬ ਨਾਕਾਮ ਹੈ ਗ੍ਰਹਿ ਮੰਤਰਾਲਾ ਨਾਕਾਮ ਹੈ ਜਾਂ ਜਿਹੜੀ ਲੈਫਟ ਕਰ ਜਵਾਬ ਮੈਂ ਆਪਣੇ ਸਾਹਮਣੇ ਦਊਂਗਾ ਨਹੀਂ ਨਹੀਂ ਜਵਾਬ ਮੇਰੇ ਤੋਂ ਪੂਰਾ ਜਵਾਬ ਜਵਾਬ ਦੇ ਲਓ ਜਵਾਬ ਜੇ ਤੁਹਾਨੂੰ ਸੈਟੀਸਫੈਕਟਰੀ ਨਾ ਲੱਗਿਆ ਤਾਂ ਤੁਹਾਡੇ ਸਾਹਮਣੇ ਵੀ ਜਵਾਬ ਦੇ ਲਾਂਗੇ ਨਹੀਂ 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 ਮੇਰੇ ਸਾਹਮਣੇ ਮੇਰੇ ਸਾਹਮਣੇ ਜਵਾਬ ਨਾ ਦਿਓ ਰਾਈਟ ਟੂ ਸਪੀਚ ਮੇਰੇ ਤੋਂ ਤਾਂ ਨਹੀਂ ਹੁੰਦੀ ਮੇਰੇ ਸਾਹਮਣੇ ਜਵਾਬ ਨਾ ਦਿਓ ਤੁਸੀਂ ਕਿਸੇ ਨੂੰ ਤਾਂ ਜ਼ਿੰਮੇਵਾਰ ਠਹਿਰਾਓ ਨਾ ਤੁਸੀਂ ਕੱਲਾ ਲੈਫਟ ਨੂੰ ਜ਼ਿੰਮੇਵਾਰ ਠਹਿਰਾਓ ਲੈਫਟ ਨੂੰ ਚਲਾ ਕੌਣ ਰਿਹਾ ਉੱਥੇ ਵੀਸੀ ਸਾਹਿਬ ਕੀ ਕਰਦੇ ਪਏ ਸੀਗੇ ਗ੍ਰਹਿ ਮੰਤਰਾਲੇ ਦੀ ਪੁਲਿਸ ਕੀ ਕਰਦੀ ਪਈ ਸੀ ਪ੍ਰਸ਼ਾਸਨ ਕੀ ਕਰਦਾ ਜਿਹੜੇ ਕੈਂਪਸ ਦੇ ਵਿੱਚ ਵਾਈਸ ਚਾਂਸਲਰ ਦੀ ਵਾਈਫ ਨੂੰ ਉਹਦੇ ਘਰ 'ਚ ਜਾ ਕੇ ਘੇਰ ਲਿਆ ਜਾਵੇ ਉਹਨੂੰ ਹਰਾਸ ਕੀਤਾ ਜਾਵੇ ਇੰਨੇ ਟਾਈਮ ਲਈ ਉੱਥੇ ਤੁਸੀਂ ਵਾਈਸ ਚਾਂਸਲਰ ਨੂੰ ਕਿੰਨਾ ਪਾਵਰਫੁਲ ਸਮਝਦੇ ਹੋ ਤੇ ਉੱਥੇ ਦੀਆਂ ਤਾਕਤਾਂ ਨੂੰ ਤੁਸੀਂ ਕਿੰਨਾ ਨਾਕਾਮ ਸਮਝਦੇ ਹੋ ਇੱਥੇ ਬੈਠੇ ਕੋਈ ਪੈਨਲਿਸਟ ਇਹ ਗੱਲ ਨਹੀਂ ਕਰ ਰਿਹਾ ਕਿ ਉਸ ਕੈਂਪਸ ਦੇ ਵਿੱਚ ਪੁਲਿਸ ਦੀ ਐਂਟਰੀ ਹੋਣੀ ਚਾਹੀਦੀ ਹੈ ਵਾਈਸ ਚਾਂਸਲਰ ਉਹ ਇਹ ਗੱਲ ਕਰ ਰਹੇ ਨੇ ਵਾਈਸ ਚਾਂਸਲਰ ਵੀ ਡਰ ਵਿੱਚ ਹੈ ਖੌਫ ਵਿੱਚ ਹੈ ਹੈਗੇ ਇਹ ਸਭ ਤੁਸੀਂ ਤੁਹਾਨੂੰ ਐਕਟਸ ਨਹੀਂ ਬਣਾਉਣ ਕਰਦੇ ਇਸ ਚੀਜ਼ ਲਈ ਇੰਨੇ ਐਕਟਸ ਹੁੰਦੇ ਆਏ ਨੇ ਪ੍ਰੋਫੈਸਰਸ ਨੂੰ ਕੱਲ ਕਿਵੇਂ ਕੀ ਸੋਚਦੇ ਪ੍ਰੋਫੈਸਰਸ ਨੂੰ ਕਿਵੇਂ ਮਾਰਿਆ ਗਿਆ ਕੱਲ ਕਿਸ ਤਰੀਕੇ ਨਾਲ ਉਹਨਾਂ ਨੂੰ ਅਸਾਲਟ ਕੀਤਾ ਗਿਆ ਹੈ ਉਹਨਾਂ ਦਾ ਕੋਈ ਲਿੰਕ ਵੀ ਨਹੀਂ ਸੀਗਾ ਉਸ ਚੀਜ਼ ਦੇ ਨਾਲ ਆਪਾਂ ਉਹ ਚੀਜ਼ ਕਿਉਂ ਨਹੀਂ ਦੇਖ ਰਹੇ ਅਸੀਂ ਉਹੀ ਚੀਜ਼ ਦੇਖ ਰਹੇ ਹਾਂ ਜਿਹੜੀ ਦਿਖਾਣੇ ਜਾ ਰਹੇ ਆ ਪ੍ਰੋਫੈਸਰ ਸ਼ਰਮ ਤਾਂ ਕਰਨੀ ਚਾਹੀਦੀ ਤੁਹਾਨੂੰ ਆਪਣੇ ਆਪ ਤੇ ਆਪਣੇ ਐਕਟਸ ਤੇ ਆ ਪ੍ਰੋਫੈਸਰਾਂ ਨੇ ਓਪਨ ਲੈਟਰ ਲਿਖੀ ਹੈ ਇਹ ਵੀ ਪੜ੍ਹ ਲਿਓ ਜੀਐਨਯੂ ਦੇ ਪ੍ਰੋਫੈਸਰਾਂ ਦੀ ਓਪਨ ਲੈਟਰ ਪ੍ਰੋਫੈਸਰ ਜਿਹੜੇ ਅਸਾਲਟ ਹੋਏ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਪ੍ਰਪ੍ਰੀਤ ਤੁਸੀਂ ਵੀਸੀ ਸਾਹਿਬ ਨੂੰ ਨਹੀਂ ਉੱਥੇ ਕੰਮ ਕਰਨ ਦੇ ਰਹੇ ਸਰ ABBP ਦਾ ਸਿੱਧਾ ਜਿਹਾ ਸਟੈਂਡ ਹੈ ਨਾਲੇ ਚੋਰੀ ਕਰਾਂਗੇ ਨਾਲੇ ਜਿਹੜਾ ਸੀਨਾ ਚੋਰੀ ਕਰਾਂਗੇ ਇਹ ਅੱਜ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਗੁੰਡਾ ਸਰਕਾਰ ਦਾ ਜਿਹੜਾ ਅੰਜਾਮ ਦਿਖਾਇਆ ਉਹ ਸਾਰਾ ਦੇਸ਼ ਦੇਖ ਰਿਹਾ ਵਾਈਸ ਚਾਂਸਲਰ ਇਹਨਾਂ ਦਾ ਸਰਕਾਰ ਇਹਨਾਂ ਦੀ ਲੋਕ ਇਹਨਾਂ ਦੇ ਅਪੁਆਇੰਟਮੈਂਟ ਇਹ ਕਰਵਾ ਰਹੇ ਨੇ ਗੇਟ ਦੇ ਉੱਤੇ ਪੁਲਿਸ ਨੂੰ ਕਹਿ ਦਿੰਦੇ ਕਿਸੇ ਨੂੰ ਅੰਦਰ ਨਹੀਂ ਜਾਣ ਦੇਣਾ ਯੋਗਿੰਦਰ ਯਾਦਵ ਵਰਗੇ ਵਿਅਕਤੀ ਯੋਗਿੰਦਰ ਯਾਦਵ ਨੂੰ ਮੰਨਦੇ ਹੋ ਤੁਸੀਂ ਲੈਫਟ ਦਾ ਜਾਂ ਤਾਂ ਤੁਸੀਂ ਕਹੋ ਕਿ ਯੋਗਿੰਦਰ ਯਾਦਵ ਵੀ ਲੈਫਟ ਦਾ ਉੱਥੇ ਜਿਹੜੀ ਐਂਬੂਲੈਂਸ ਆਈ ਉਹ ਵੀ ਲੈਫਟ ਦੀ ਉੱਥੇ ਜਿਹੜੇ ਡਾਕਟਰ ਆਏ ਉਹ ਵੀ ਲੈਫਟ ਦੇ ਸਾਰਾ ਕੁਝ ਹੀ ਲੈਫਟ ਜੇ ਕਰ ਰਿਹਾ ਤਾਂ ਫਿਰ ਤੁਸੀਂ ਸਰਕਾਰ ਦੇ ਵਿੱਚ ਵੀ ਇਹ ਬੈਠ ਕੇ ਮੰਨੋ ਕਿ ਦੇਸ਼ ਨੂੰ ਸ਼ਾਇਦ ਲੈਫਟ ਹੀ ਚਲਾ ਰਿਹਾ ਇਹ ਅਜੀਬੋ ਗਰੀਬ ਆਰਗੂਮੈਂਟ ਨਕਾਬ ਕਰਨ ਦੀਆਂ ਨੀਤੀਆਂ ਜਿਹੜੀਆਂ ਉਹ ਲੈਫਟ ਨੂੰ ਚਲਾ ਰਹੇ ਸਰ ਨਕਾਬ ਪੋਸ਼ ਬੰਦੇ ਤੁਸੀਂ ਅੰਦਰ ਲਿਆਓ ਆਪਣੇ WhatsApp ਗਰੁੱਪ ਤੁਹਾਡੇ ਸਾਹਮਣੇ ਨੇ ਪੋਸ਼ਨ ਲੀਡ ਕਰੇ ਕਿ ਤੁਹਾਡੀ ਪ੍ਰੈਜ਼ੀਡੈਂਟ ਸਾਰੀ ਜੁਆਇਨ ਕਰ ਗਈ ਹੈ ਸਾਰੇ ਦੇ ਇਸ ਗੱਲ ਦਾ ਜਵਾਬ ਦਿਓ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਪ੍ਰੈਜ਼ੀਡੈਂਟ ABBP ਜੁਆਇਨ ਕਰ ਗਈ ABBP ਨੂੰ ਤਾਂ ਜਿਹੜੇ ਜੁਆਇਨ ਕਰ ਰਹੇ ਨੇ ਉਹ ਸਾਹਮਣੇ ਛੱਡ ਗਏ ਪੂਰੇ ਦੇਸ਼ ਦੇ ਲੈਫਟ ਦਾ ਸਪਾਂਸਰਡ ਐਕਟ ਸੀਗਾ ਅੱਜ ਤੱਕ ਆਪਾਂ ਇਹੀ ਚੀਜ਼ ਵੇਖੀ ਆ ਕਾਈਂਡਲੀ ਦਰਅਸਲ ਕੀ ਹੈ ਕਿ ਲਗਾਤਾਰ ਸਾਰੇ ਸਿਸਟਮ ਚ ਬੰਦੇ ਇਹਨਾਂ ਦੇ ਆਪਣੇ ਨੇ ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ ਕਿ ਮੋਦੀ ਜੀ ਜਦੋਂ ਕੋਈ ਆ ਕੇ ਗੱਲ ਕਹਿਣ ਤੇ ਲੋਕੀ ਉਹਨਾਂ ਨੂੰ ਕੁਐਸਚਨ ਕਿਉਂ ਕਰਨ ਤੇ ਸੋਚਦੇ ਨੇ ਕਿ ਯੂਨੀਵਰਸਿਟੀਆਂ ਚ ਜਿਹੜੇ ਸਟੂਡੈਂਟ ਬੈਠੇ ਨੇ ਉਹ ਵੀ ਉਸੇ ਤਰੀਕੇ ਇਹਨਾਂ ਦੀ ਗੱਲ ਮੰਨਣ ਜਿਵੇਂ ਸ਼ਾਖਾ ਵਾਲੇ ਸਟੂਡੈਂਟ ਮੰਨਦੇ ਨੇ ਅਸੀਂ ਇਸ ਚੀਜ਼ ਨੂੰ ਨਹੀਂ ਮੰਨ ਰਹੇ ਜੁਝਾਰ ਸਿੰਘ ਠੀਕ ਹੈ ਜੁਝਾਰ ਸਿੰਘ ਸਵਾਲ ਇਹ ਹੈਗਾ ਦਿੱਲੀ ਦੀ ਪੋਲਿਟਿਕਸ ਦੇ ਵਿੱਚ ਕੋਈ ਤਾਂ ਹੈ ਜਿਹੜਾ ਸਟੂਡੈਂਟਸ ਦੇ ਹੱਕ ਵਿੱਚ ਖੜਾ ਤੁਹਾਨੂੰ ਦਿਖਾਈ ਦਿੱਤਾ ਲੈਫਟ ਨੂੰ ਪਾਸੇ ਕਰ ਦਿਓ ਲੈਫਟ NSUI ਇਹਨਾਂ ਸਾਰੀਆਂ ਆਰਗੇਨਾਈਜੇਸ਼ਨ ਪਾਸੇ ਕਰ ਦਿਓ ਜਿਨ੍ਹਾਂ ਦੀ ਲੜਾਈ ਹੈ ABBP ਨਾਲ ਇਸ ਤੋਂ ਇਲਾਵਾ ਉੱਥੇ ਆਮ ਆਦਮੀ ਪਾਰਟੀ ਦਾ ਰਾਜ ਹੈਗਾ ਗ੍ਰਹਿ ਮੰਤਰਾਲਾ ਦੇ ਅੰਡਰ ਨਹੀਂ ਹੁੰਦਾ ਪਰ ਆਮ ਆਦਮੀ ਪਾਰਟੀ ਇਸ ਮਾਮਲੇ 'ਚ ਕੀ ਭੂਮਿਕਾ ਨਿਭਾ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਵੀ ਇੱਕ ਕਿਸਮ ਦੀ ਪੋਲਿਟਿਕਸ ਕਰਦੀ ਨਜ਼ਰ ਆ ਰਹੀ ਹੈ ਇਹਦੇ ਉੱਪਰ ਉਹਨੇ ਜਿਸ ਤਰ੍ਹਾਂ ਦਾ ਬਾਕੀ ਆਮ ਆਦਮੀ ਪਾਰਟੀ ਕੋਲ ਲਾਅ ਐਂਡ ਆਰਡਰ ਨੂੰ ਲੈ ਕੇ ਕੁਛ ਵੀ ਉਹਦੇ ਹੱਥ ਵਿੱਚ ਨਹੀਂ ਆ ਜਿਵੇਂ ਦੇਖਦੇ ਹਾਂ ਪੁਲਿਸ ਦਿੱਲੀ ਦੀ ਪੁਲਿਸ ਵੀ ਆਮ ਆਦਮੀ ਪਾਰਟੀ ਦੇ ਕੰਟਰੋਲ ਵਿੱਚ ਨਹੀਂ ਆ ਅਤੇ VC ਜਾਂ ਜਿੰਨੇ ਵੀ ਉੱਥੇ ਅਦਾਰੇ ਨੇ ਉਹਨਾਂ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਖਾਸ ਇਨਵੋਲਵਮੈਂਟ ਨਹੀਂ ਆ ਇਸ ਤੋਂ ਇਲਾਵਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਸ ਦੇਸ਼ ਦੇ ਵਿੱਚ ਜਿਹੜੀ ਵਿਪਰ ਦੀ ਜੋ ਨੀਤੀ
जो इतने विपरवाद चल रहा उन्हें हमेशा शुरू तो लैके अज तो नहीं पिछले लंबे समय तो उन्हें कभी भी विपर ने दूसरे को विद्या देनी चंगी नहीं समझी। उस तो पहला संस्कृत के विद्या जिन्ना भी ज्ञान सिर जाएगा संस्कृत के सिर जाएगा। गुरु नानक पातशाह ने आ कि उसको गुरबाणी के रूप के गुरु गुरु गोबिंद सिंह ने उन्होंने दसम बाणी के रूप के पंजाबी गुरमुखी के इतों की लोगों की भाषा के लिखा ता जो आम लोग भी ज्ञान प्राप्त कर सकन। अब जो विचारधारा के हाथ से राज आया वो किसी भी कीमत पर नहीं चाहती कि आम लोगों सरबत भले का जिक्र कर रहे हो गुरु नानक देव जी का जिक्र कर रहे हो उत्थे जिहड़ियां सिख ऑर्गेनाइजेशन हैगियां ਉਹ ਸਟੂਡੈਂਟਸ ਦੇ ਹੱਕ ਵਿੱਚ ਪੁਗਤੀਆਂ ਉੱਥੇ ਦੇਖੋ ਹਰ ਜਗ੍ਹਾ ਦੇਖਣ ਨੂੰ ਮਿਲਦਾ ਜਦੋਂ ਪਿਛਲੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਇਸ ਤੋਂ ਇਲਾਵਾ ਜਾਮੀਆ ਮਿਲੀਆ ਇਸਲਾਮੀ ਯੂਨੀਵਰਸਿਟੀ ਉੱਥੇ ਵੀ ਸਿੱਖ ਨੁਮਾਇੰਦੇ ਪਹੁੰਚੇ ਨੇ ਉਹਨਾਂ ਨਾਲ ਮੈਂ ਦਿੱਲੀ ਦੀ ਗੱਲ ਕਰ ਰਿਹਾ ਦਿੱਲੀ ਦੀ ਗੱਲ ਕਰ ਰਿਹਾ ਸਪੈਸੀਫਿਕ ਉੱਥੇ ਦਿੱਲੀ ਕਮੇਟੀ ਵੀ ਹੈਗੀ ਹੈ ਸ਼੍ਰੋਮਣੀ ਅਕਾਲ ਦਾ ਦਿੱਲੀ ਵੀ ਹੈਗਾ ਸ਼੍ਰੋਮਣੀ ਅਕਾਲ ਦਾ ਦੂਜਾ ਵੀ ਹੈਗਾ ਸਾਰੇ ਉੱਥੇ ਹੈਗੇ ਆ ਦੇਖੋ ਉਹਨਾਂ ਦੀ ਕੀ ਭੂਮਿਕਾ ਰਹੇਗੀ ਜੇ ਸਰਬੱਤ ਦੇ ਭਲੇ ਦੀ ਗੱਲ ਕਰਨੀ ਮੈਂ ਗੱਲ ਕਰਦਾ ਇਸ ਤੋਂ ਪਹਿਲਾਂ ਜਾਮੀਆ ਮਿਲੀਆ ਇਸਲਾਮੀਆ ਦੇ ਵਿੱਚ ਦੇਖਿਆ ਖੁੱਲ ਕੇ ਉਹਨਾਂ ਨੇ ਮਦਦ ਕੀਤੀ ਪਰ ਇਹ ਜੋ ਵੀ ਹੋਇਆ ਇਹ ਸਾਰਾ ਕੈਂਪਸ ਦੇ ਵਿੱਚ ਆ ਉੱਥੇ ਰਾਤ ਨੂੰ ਸਟੂਡੈਂਟ ਨੂੰ ਉੱਥੋਂ ਭੱਜਣ ਲਈ ਮਜਬੂਰ ਕੀਤਾ ਗਿਆ ਯੂਨੀਵਰਸਿਟੀ ਦੇ ਵਿੱਚ ਤਾਂ ਸਿੱਖਾਂ ਨੇ ਸਿੱਖ ਜਥੇਬੰਦੀ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹੇ ਉਹਨਾਂ ਨੂੰ ਸ਼ੈਲਟਰ ਅਤੇ ਫੂਡ ਪ੍ਰੋਵਾਈਡ ਕੀਤਾ ਲੇਕਿਨ ਇਹ ਜੋ ਮੁੱਦਾ ਹੋਇਆ ਇਹ ਸਾਰਾ ਕੈਂਪਸ ਦੇ ਵਿਦਿਨ ਬਾਉਂਡਰੀਜ਼ ਦੇ ਵਿੱਚ ਵਾਪਰ ਰਿਹਾ ਤਾਂ ਉੱਥੇ ਸਿੱਖ ਜਥੇਬੰਦੀਆਂ ਕਿਸੇ ਵੀ ਤਰੀਕੇ ਸਿੱਧੇ ਰੂਪ ਦੇ ਵਿੱਚ ਇਨਵੋਲਵ ਨਹੀਂ ਹੋ ਸਕਦੀਆਂ ਠੀਕ ਹੈ ਹੋਰ ਛੋਟਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਊਂਗਾ ਇਹਨਾਂ ਸਟੂਡੈਂਟਸ ਦੀ ਗੱਲ ਸੁਣਨੀ ਬਣਦੀ ਹੈ ਇਸ ਤੋਂ ਬਾਅਦ ਤੁਹਾਨੂੰ ਸਾਫ਼ ਤੌਰ 'ਤੇ ਪਤਾ ਲੱਗ ਜਾਏਗਾ ਕਿਹੜੀ ਸਿਆਸਤ ਦੇਸ਼ ਨੂੰ ਚਲਾਉਣਾ ਚਾਹ ਰਹੀ ਹੈ ਅਤੇ ਕਿਹੜੀ ਸਿਆਸਤ ਜਿਹੜੀ ਵਿੱਦਿਅਕ ਅਦਾਰਿਆਂ ਦੇ ਵਿੱਚ ਐਂਟਰੀ ਕਰਦੀ ਪਈ ਹੈਗੀ ਅਤੇ ਕਿਹੜੀ ਸੋਚ ਉਸ 'ਤੇ ਭਾਰੂ ਕਰਨਾ ਚਾਹੁੰਦੀ ਹੈ ਜਾਮੀਆ ਤੋਂ ਜੇਐਨਯੂ ਤੱਕ ਕਿਹੜੀ ਸੋਚ ਦਾ ਖੁੰਡਾ ਰਾਜ ਆ ਬ੍ਰੇਕ ਤੋਂ ਬਾਅਦ ਫਿਰ ਵਾਪਸ ਆ ਰਹੇ ਵਾਲੀ ਕੋਈ ਪੁੱਛ ਰਿਹਾ ਜੇਐਨਯੂ ਉੱਤੇ ਹਮਲੇ ਨੂੰ ਕਿਹੜੀ ਸਿਆਸਤ ਨੇ ਮੂੰਹ ਟੱਕ ਕੇ ਅੰਜਾਮ ਦਿੱਤਾ ਜਤਿੰਦਰ ਸਿੰਘ ਜੀ ਵਿੱਦਿਅਕ ਅਦਾਰਿਆਂ ਦੇ ਵਿੱਚ ਸੰਘ ਆ ਜਿਹੜਾ ਸਭ ਕੁਝ ਕਰਨਾ ਚਾਹ ਰਿਹਾ ਜਾਂ ਇਹ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਸੰਘ ਦੀ ਸੋਚ ਦੇ ਟਰੈਪ ਦੇ ਵਿੱਚ ਫਸ ਚੁੱਕੀ ਹੈ। ਦੇਖੋ ਇਹ ਨਾ ਗੱਲ ਬਾਰ ਬਾਰ ਹੁੰਦੀ ਹੈ ਜਿਵੇਂ ਇਹਨਾਂ ਨੇ ਵੀ ਏ ਬੀ ਵੀ ਪੀ ਉਹਨਾਂ ਵਾਲੇ ਨੇ ਵੀ ਕਿਹਾ ਵੀ ਉੱਥੇ ਜਿਹੜਾ ਗੁੰਡਾ ਮਤਲਬ ਉੱਥੇ ਜਿਹੜਾ ਇੱਕ ਲੈਫਟ ਦਾ ਵੱਡਾ ਜਿਹੜਾ ਪ੍ਰਭਾਵ ਹੈ ਉਹਦੇ ਕਰਕੇ ਹਿੰਸਾ ਹੈ। ਜੇ ਆਪਾਂ ਜੇ ਐੱਨ ਯੂ ਨੂੰ ਦੇਖਣਾ ਹੋਵੇ ਤਾਂ 60 ਅਤੇ 17 ਦੇ ਦਹਾਕਿਆਂ 'ਚ ਜੇ ਐੱਨ ਯੂ ਬਣੀ ਅਤੇ 2014 ਤੱਕ ਦਾ ਕੋਈ ਇੱਕ ਇੰਸੀਡੈਂਟ ਜਦੋਂ ਆਪਾਂ ਇਹ ਕਹਿ ਰਹੇ ਹਾਂ ਵੀ ਉੱਥੇ ਤਾਂ ਲੈਫਟ ਵਾਲਿਆਂ ਦਾ ਖੱਬੇ ਪੱਖੀ ਪਾਰਟੀਆਂ ਦਾ ਗੜ੍ਹ ਹੈ ਕੋਈ ਇੱਕ ਇੰਸੀਡੈਂਟ ਮੈਨੂੰ ਦਿਖਾ ਦਿਓ ਜਿਹਦੇ 'ਚ ਕਿਸੇ ਨੇ ਕਿਸੇ ਦੇ ਥੱਪੜ ਵੀ ਮਾਰਿਆ ਹੋਵੇ। ਉੱਥੇ ਜਿਹੜੀਆਂ ਚੋਣਾਂ ਹੁੰਦੀਆਂ ਰਹੀਆਂ ਵਿਦਿਆਰਥੀ ਆਪਣੇ ਤੌਰ 'ਤੇ ਆਰਗੇਨਾਈਜ਼ ਕਰਦੇ ਰਹੇ ਵਿਦਿਆਰਥੀ ਇਲੈਕਸ਼ਨ ਕਮਿਸ਼ਨ ਬਣਾਉਂਦੇ ਰਹੇ ਉੱਥੇ ਏ ਬੀ ਵੀ ਪੀ ਪਹਿਲਾਂ ਨਹੀਂ ਹੈਗੀ ਸੀ ਉੱਥੇ ਏ ਬੀ ਵੀ ਪੀ ਪਹਿਲਾਂ ਵੀ ਹੈਗੀ ਸੀਗੀ ਫਿਰ ਔਰ ਉੱਥੇ ਏ ਬੀ ਵੀ ਪੀ ਹੋ ਗਿਆ 2014 ਤੋਂ ਬਾਅਦ ਹੁਣ ਕੀ ਹੋ ਗਿਆ ਉੱਥੇ ਏ ਬੀ ਵੀ ਪੀ ਇਲੈਕਸ਼ਨਾਂ ਵੀ ਲੜਦੀ ਰਹੀ ਔਰ ਮੈਂ ਤੁਹਾਨੂੰ ਉੱਥੇ ਬਹੁਤ ਇੰਟਰਸਟਿੰਗ ਚੀਜ਼ ਦੱਸਦਾ ਜਦੋਂ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੁੰਦੀ ਰਹੀ ਹੈ ਇੱਕ ਪਾਸੇ ਐਸ ਐਫ ਆਈ ਆਈਸਾ ਏ ਬੀ ਵੀ ਪੀ ਸਾਰੇ ਜਾਣੇ ਇੱਕੋ ਹੀ ਪੰਡਾਲ 'ਚ ਬੈਠ ਕੇ ਨਾਰੇ ਵੀ ਲਾਉਂਦੇ ਰਹੇ ਨੇ ਆਪਣੇ ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਸਮਰਥਨ ਵੀ ਕਰਦੇ ਰਹੇ ਨੇ ਇੱਕ ਦੂਜੇ ਦੇ ਖਿਲਾਫ ਵੀ ਨਾਰੇ ਲਾਉਂਦੇ ਰਹੇ ਨੇ। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਇਕੱਲਾ ਮਸਲਾ ਏ ਬੀ ਵੀ ਪੀ ਦਾ ਨਹੀਂ ਹੈ ਇਹਦੇ ਪਿੱਛੇ ਪੂਰੀ ਸਟੇਟ ਹੈ ਜਿਹੜੀ ਇਹਨੂੰ ਆਰਗੇਨਾਈਜ਼ਡ ਰੂਪ 'ਚ ਕਿਤੇ ਉਹ ਵਰਦੀਆਂ ਦੇ ਰੂਪ 'ਚ ਆਉਂਦੀ ਆ ਜਾਮੀਆਂ 'ਚ ਕਿਤੇ ਉਹ ਗੈਰ ਵਰਦੀਆਂ ਦੇ ਰੂਪ 'ਚ ਗ੍ਰਹਿ ਮੰਤਰਾਲੇ ਦਾ ਰਿਪੋਰਟ ਮੰਗ ਰਿਹਾ ਪਿਆ ਸਾਰੀ ਘਟਨਾ ਦੀ ਜਾਮੀਆਂ ਵਾਲੀ ਵੀ ਮੰਗੀ ਸੀ ਆਹ ਵੀ ਮੰਗ ਰਹੇ ਗ੍ਰਹਿ ਮੰਤਰਾਲੇ ਨੇ ਤਾਂ ਫਿਰ ਹੁਣ ਆਪਣੀ ਆਪਣੀ ਕੋਈ ਸਫਾਈ ਤਾਂ ਦੇਣੀ ਹੀ ਹੋਈ ਕਿਉਂਕਿ ਇਸ ਹਿੰਸਾ ਨੂੰ ਤੁਸੀਂ ਕੋਈ ਮਤਲਬ ਇਸ ਹਿੰਸਾ ਨੂੰ ਤੁਸੀਂ ਜਸਟੀਫਾਈ ਤਾਂ ਕਰ ਨਹੀਂ ਸਕਦੇ ਇਸ ਕਰਕੇ ਤੁਸੀਂ ਮੂੰਹ ਨੂੰ ਤਾਂ ਕਹਿਣਾ ਹੀ ਹੋਇਆ ਵੀ ਇਹ ਹਿੰਸਾ ਜਿਹੜੀ ਹੈਗੀ ਉਹ ਗਲਤ ਹੋਈ ਹੈ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਔਰ ਇਹ ਅਗਲੇ ਹਮਲਿਆਂ ਦੀ ਤਿਆਰੀ ਵੀ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਇਹ ਨਾ ਇਹ ਆਖਰੀ ਹਮਲਾ ਹੈ ਨਾ ਇਹ ਪਹਿਲਾ ਹਮਲਾ ਹੈ ਤੇ ਨਾ ਇਹ ਆਖਰੀ ਹਮਲਾ ਹੈ ਕਿਉਂ ਹਮਲੇ ਕਿਉਂ ਕਰਵਾਉਣਾ ਚਾਹ ਰਹੀ ਸਰਕਾਰ ਕਿਉਂਕਿ ਉਹਨੂੰ ਇਸ ਗੱਲ ਦਾ ਬਹੁਤ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਸਾਰੇ ਨੌਜਵਾਨ ਬੈਠੇ ਨੇ ਤੁਸੀਂ ਆਪਣੇ ਦੇਸ਼ ਦੀ ਹਾਲਤ ਦੇਖੋ 45 ਸਾਲਾਂ 'ਚ ਸਭ ਤੋਂ ਵੱਧ ਬੇਰੁਜ਼ਗਾਰੀ ਦਾ ਆਲਮ ਆਇਆ ਹੋਇਆ ਨੋਟਬੰਦੀ ਤੋਂ ਬਾਅਦ 50 ਲੱਖ ਤੋਂ ਵੱਧ ਜਿਹੜੀਆਂ ਨੌਕਰੀਆਂ ਨੇ ਉਹ ਜਿਹੜੀਆਂ ਖੁੱਸ ਚੁੱਕੀਆਂ ਨੇ ਸਾਡੇ 'ਤੇ ਜਿਹੜਾ ਕਰਜ਼ਾ ਚੜਿਆ ਹੋਇਆ ਏ ਉਹ $54,300 ਕਰੋੜ ਡਾਲਰ ਦਾ ਕਰਜ਼ਾ ਚੜਿਆ ਹੋਇਆ ਏ ਅਤੇ ਜਿਹੜੇ ਸਾਡੇ ਐੱਨ ਪੀ ਏ ਨੇ ਜਿਹੜੇ ਸਾਡੇ ਲੋਨ ਨਹੀਂ ਮੁੜ ਰਹੇ ਉਹ ਘੱਟੋ ਘੱਟ 8 ਲੱਖ ਕਰੋੜ ਤੋਂ ਵੱਧ ਦੇ ਨੇ ਅਸੀਂ ਉਸ ਆਰਥਿਕ ਸਥਿਤੀ 'ਚ ਫਸੇ ਹੋਏ ਹਾਂ ਤਾਂ ਸਾਰੇ ਨੌਜਵਾਨ ਨੇ ਇਹਨਾਂ ਨੇ ਹਲੇ ਹਿੰਦੁਸਤਾਨ 'ਚ ਬੜਾ ਸਮਾਂ ਰਹਿਣਾ ਨਾ ਇਹਨਾਂ ਕੋਲ ਨੌਕਰੀਆਂ ਰਹਿਣੀਆਂ ਨੇ ਨਾ ਇਹਨਾਂ ਕੋਲ ਰੁਜ਼ਗਾਰ ਰਹਿਣੇ ਨੇ ਸਟੇਟ ਇਹਨਾਂ ਸਾਰੇ ਮਸਲਿਆਂ ਤੋਂ ਭੜਕਾਉਣ ਵਾਸਤੇ ਇਹਨਾਂ ਸਾਰੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕਦੀ ਨਾਗਰਿਕਤਾ ਦਾ ਬਿੱਲ ਲੈ ਕੇ ਆਉਂਦੀ ਹੈ ਕਦੀ ਜਾਮੀਆਂ 'ਤੇ ਹਮਲੇ ਕਰਾਉਂਦੀ ਹੈ ਕਦੀ ਜੇ ਐੱਨ ਯੂ 'ਤੇ ਹਮਲੇ ਕਰਾਉਂਦੀ ਹੈ ਇਹਦਾ ਮਤਲਬ ਸਿਰਫ ਇੰਨਾ ਕੀ ਹੈ ਵੀ ਉਹ ਅਦਾਰੇ ਜਿਹੜੇ ਸਰਕਾਰ ਦੀ ਵਿਚਾਰਧਾਰਾ ਦੇ ਖਿਲਾਫ ਸਟੇਟ ਦੀ ਵਿਚਾਰਧਾਰਾ ਦੇ ਖਿਲਾਫ ਖੜੇ ਨੇ ਉਹ ਜੇ ਉਹ ਨਹੀਂ ਮੰਨਦੇ ਤਾਂ ਉਹਨਾਂ ਦਾ ਇੱਕੋ ਹੀ ਇਲਾਜ ਹੈ ਉਹ ਇਲਾਜ ਹੈਗਾ ਉਹਨਾਂ ਦੀ ਜ਼ਬਾਨ ਨੂੰ ਦਬਾ ਦੇਣਾ ਬਸ ਠੀਕ ਸ਼੍ਰੀਸ਼ਵਰਤਨ ਮੈਂ ਇੱਕ ਮਿੰਟ ਪਲੀਜ਼ ਸ਼੍ਰੀਸ਼ਵਰਤਨ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ 2014 ਤੋਂ ਪਹਿਲਾਂ ਕਦੇ ਅਰਥ ਵਿਵਸਥਾ ਦੇ ਮਾਮਲੇ 'ਚ ਜਾਂ ਬੇਰੁਜ਼ਗਾਰੀ ਦੇ ਮਾਮਲੇ 'ਚ ਏ ਬੀ ਵੀ ਪੀ ਨੇ ਪ੍ਰੋਟੈਸਟ ਕੀਤਾ ਕੈਂਪਸ ਦੇ ਵਿੱਚ ਪ੍ਰੋਟੈਸਟ ਦੇ ਨਾਲ ਨਾਲ ਜੀ ਰਾਸ਼ਟਰੀ ਸਤਰ ਦੇ ਪ੍ਰਸਤਾਵ ਵੀ ਭਾਰਤ ਹੁੰਦੇ ਰਹੇ ਨੇ ਤੇ ਪ੍ਰੋਟੈਸਟ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਹੁੰਦੇ ਸੀ ਠੀਕ ਹੈ ਠੀਕ ਹੈ ਕਿਸੇ ਪਰਟੀਕੂਲਰ ਮਾਨਸਿਕਤਾ ਦਾ ਵਿਰੋਧ ਨਹੀਂ ਕੀਤਾ ਜਾਂਦਾ ਸੀ
ਪ੍ਰੋਟੈਸਟ ਦੇ ਨਾਲ ਨਾਲ ਇੱਕ ਸੋਲੂਸ਼ਨ ਫਾਈਂਡਿੰਗ ਸਾਡੇ ਆਰਗੇਨਾਈਜੇਸ਼ਨ ਨੂੰ ਕਿਹਾ ਜਾਂਦਾ ਇੱਕ ਆਰਗੇਨਾਈਜੇਸ਼ਨ ਨਹੀਂ ਮੈਂ ਬੜਾ ਸਧਾਰਨ ਸਵਾਲ ਨਹੀਂ ਰਤਨ ਸਾਹਿਬ ਇਦਾਂ ਨਾ ਕਰੋ ਜੇ ਤੁਸੀਂ ਵਾਕਈ ਨੌਜਵਾਨਾਂ ਦੀ ਆਵਾਜ਼ ਹੋ ਤੁਸੀਂ ਸਾਰੀਆਂ ਸੰਸਥਾਵਾਂ ਮੈਂ ਤਾਂ ਤੁਹਾਨੂੰ ਇੱਕ ਸਧਾਰਨ ਸਵਾਲ ਕਰ ਰਿਹਾ ਬੇਰੁਜ਼ਗਾਰੀ ਦੀ ਦਰ ਦਾ ਜੇ ਆਂਕੜਾ ਆਉਂਦਾ ਇਹਦਾ ਮਤਲਬ ਨੌਜਵਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਊਗਾ ਪੜ੍ਹ ਲਿਖ ਕੇ ਤੁਸੀਂ ਖਾਲੀ ਹੱਥ ਰਹਿ ਜਾਓਗੇ ਸਵਾਲ ਤੁਹਾਡੇ 'ਤੇ ਹੈ ਤੁਸੀਂ ਇਹ ਪਾਰਟੀ ਬਾਈ ਛੱਡ ਕੇ ਕੀ ਉਹਦੇ ਖਿਲਾਫ ਕਦੇ ਰੋਸ ਜ਼ਾਹਿਰ ਕੀਤਾ ਕੇਪੀ ਜੀ ਇਹ ਸਵਾਲ ਏਬੀਵੀਪੀ ਦੇ ਨੌਜਵਾਨਾਂ ਦੇ ਵੀ ਹੈ ਕਿਉਂਕਿ ਨੌਕਰੀਆਂ ਇਹਨਾਂ ਨੇ ਵੀ ਲੈਣੀਆਂ ਬਿਲਕੁਲ ਮੈਂ ਇਸ ਲਈ ਪੁੱਛ ਰਿਹਾ ਸੀ ਇਹ ਸਵਾਲ ਇਹਨਾਂ ਦੇ ਜਿਹੜਾ ਇੰਨਾ ਬਾਇਸ ਸਟੇਟਮੈਂਟਸ ਦੇ ਸਕਦਾ ਆ ਪਹਿਲੀ ਵਾਰ ਤੁਸੀਂ ਕਹਿ ਦੋ ਤੁਹਾਡਾ ਵਰਤੀਰਾ ਹੀ ਬਾਇਸ ਹੈ ਜੀ ਤੁਸੀਂ ਦੇਸ਼ ਦਾ ਮੇਰੇ ਸਵਾਲ ਦਾ ਜਵਾਬ ਦਿਓ ਤੁਸੀਂ ਮੇਰੇ ਸਵਾਲ ਉਹਨਾਂ ਨੂੰ ਛੱਡੋ ਤੁਸੀਂ ਤੁਹਾਨੂੰ ਬਾਇਸ ਲੱਗਦੇ ਅਲੱਗ ਹੋ ਗਈ ਹੈ ਹੁਣ ਤੁਸੀਂ ਮੈਨੂੰ ਮੇਰੇ ਸਵਾਲ ਦਾ ਜਵਾਬ ਦਿਓ ਤੁਹਾਨੂੰ ਨੌਕਰੀਆਂ ਚਾਹੀਦੀਆਂ ਕਿ ਨਹੀਂ ਚਾਹੀਦੀਆਂ ਬਿਲਕੁਲ ਚਾਹੀਦੀਆਂ ਤੇ ਫਿਰ ਤੁਸੀਂ ਉਹਦੇ ਤੇ ਰੋਸ ਮਜਾਰੇ ਕਿਉਂ ਨਹੀਂ ਕਰਦੇ ਤੁਸੀਂ ਡਾਂਗਾ ਚੱਕੀ ਆ ਸਾਰੇ ਲੋਕਾਂ ਨੇ ਨਹੀਂ ਸੋਲੂਸ਼ਨ ਫਾਈਂਡ ਕਰਨ ਨਾਲ ਕੁਝ ਕੰਮ ਹੁੰਦੇ ਆ ਤੇ ਬੇਰੋਜ਼ਗਾਰੀ ਮੈਂ ਵੀਰਾਂ ਨੇ ਗੱਲ ਦੱਸਦਾ ਬੇਰੋਜ਼ਗਾਰੀ 5 ਮਿੰਟ ਦਾ ਪ੍ਰੋਸੈਸ ਨਹੀਂ ਹੈ ਵੀ 5 ਮਿੰਟ ਦੇ ਐਕਟ ਤੋਂ ਬੇਰੋਜ਼ਗਾਰੀ ਹੋ ਗਈ ਇਟ ਟੇਕਸ ਟਾਈਮ ਲੰਬੇ ਪ੍ਰੋਸੈਸ ਹੁੰਦੇ ਆ ਇਹ ਨੰਬਰ 2 ਜਿਹੜੇ ਪੁਰਾਣੇ ਸਿੱਖਿਆ ਨੂੰ ਪੜਨਾ ਪੈਂਦਾ ਵਿਦਿਆਰਥੀਆਂ ਨੂੰ ਕੁੱਟਣਾ ਪੈਂਦਾ ਉਹਦੇ ਵਾਸਤੇ ਸਿੱਖਿਆ ਤਾਂ ਮਾੜੀਆਂ ਹੁੰਦੀਆਂ ਆਈਆਂ ਠੀਕ ਰਤਨ ਸਾਹਿਬ ਉਹਨਾਂ ਨਤੀਜੇ ਨੇ ਰਤਨ ਜੀ ਮੈਨੂੰ ਇਸ ਸਵਾਲ ਦਾ ਜਵਾਬ ਦੇ ਦਿਓ ਇਹਦਾ ਮਤਲਬ ਜਿਹੜੇ ਵਾਅਦੇ ਕੀਤੇ ਗਏ 2 ਕਰੋੜ ਨੌਕਰੀ ਵਾਲਾ ਉਹ ਵਾਅਦਾ ਬੇਮਾਨਾ ਸੀ ਜੁਮਲਾ ਸੀ ਬੀਜੇਪੀ ਉਸੇ ਤਾਂ ਵਧੀਆ ਜਵਾਬ ਦੇ ਦੂਗੀ ਸਾਨੂੰ ਇੱਕ ਗੱਲ ਦਾ ਜਵਾਬ ਦਵਾ ਦਿਓ ਵੀ ਜੇਐਨਯੂ ਦੇ ਕਮਿਊਨੀਕੇਸ਼ਨ ਰੂਮ ਦੇ ਅੰਦਰ ਲੈਫਟ ਮੌਬ ਉੱਥੇ ਦੇ ਵਾਈਫਾਈ ਨੂੰ ਤੋੜਦੀ ਆ ਉਸ ਤੋਂ ਬਾਅਦ ਉੱਥੇ ਦੀ ਐਕਸ ਪ੍ਰੈਜ਼ੀਡੈਂਟ ਗੀਤਾ ਕੁਮਾਰੀ ਉਸ ਕਮਰੇ ਦੇ ਬਾਹਰ ਬੈਠੀ ਹੈ ਲੋਕ ਲਾ ਕੇ ਫੈਕਲਟੀ ਨੂੰ ਬੜੀ ਬਦਤਮੀਜ਼ੀ ਨਾਲ ਗੱਲ ਕਰ ਰਹੀ ਹੈ ਉਸ ਚੀਜ਼ ਦਾ ਕੀ ਜਵਾਬ ਆ ਤੁਹਾਡੇ ਕੋਲ 25 ਬੰਦਿਆਂ ਦਾ ਸਿਰ ਪਾੜਤਾ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ 25 ਦਾ ਸੀਗਾ ਸਰ 20 ਦਾ ਵੀ ਜਾ ਕੇ ਦੇਖੋ ਸਾਰੇ ਨੋਰਮਲ ਸਟੂਡੈਂਟ ਤੁਸੀਂ ਮਾਰ ਦਿੱਤੇ ਉੱਥੇ ਤੁਹਾਡੇ ਗੁੰਡੇ ਇੱਕ ਮਿੰਟ ਪਲੀਜ਼ ਸੁਣ ਲਈ ਰਤਨ ਜੀ ਸੁਣ ਲਈ ਤੁਹਾਡੀ ਗੱਲ ਸੁਣੀ ਹੈ ਨਾ ਜਲਿਆਂ ਵਾਲੇ ਬਾਗ 'ਚ ਵੀ ਇਹੋ ਜਿਹਾ ਨੰਗਾ ਨਾਚ ਨਹੀਂ ਹੋਇਆ ਜਿਹੋ ਜਿਹਾ ਤੁਸੀਂ ਸੜਕਾਂ ਦੇ ਉੱਤੇ ਕੀਤਾ ਉੱਥੇ ਤੁਹਾਡੇ ਗੁੰਡੇ ਮਾਸਕ ਪਾ ਕੇ ਡੰਡੇ ਲੈ ਕੇ ਜਾ ਰਹੇ ਸੀ ਹੋਸਟਲ ਤੋੜ ਕੇ ਪਲੀਜ਼ ਅੱਜ ਮਿੰਟ ਪਲੀਜ਼ ਦੇਖ ਤੁਹਾਨੂੰ ਦੇਖ ਰਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੇਰੇ ਤੋਂ ਬੋਲ ਰਹੇ ਹੋ ਦੀਵੇ ਦਾ ਬੁੱਝਣ ਦਾ ਆਖਰੀ ਦੌਰ ਹੈ ਏਬੀਵੀਪੀ ਐਕਸਪੋਜ਼ ਹੋ ਰਹੀ ਹੈ ਕੁਛ ਨਹੀਂ ਬਚਿਆ ਤੇ ਲਾਸਟ ਚਿੱਲਾਣਾ ਸ਼ੁਰੂ ਕਰ ਦਿੱਤਾ ਇਹੀ ਹਾਲ ਸਰਕਾਰ ਦੇ ਵਿੱਚ ਬੈਠੀ ਬੀਜੇਪੀ ਦੇ ਲੀਡਰ ਕਰ ਰਹੇ ਨੇ ਇਹੀ ਆਰਐਸਐਸ ਕਰ ਰਹੀ ਹੈ ਇਹੀ ਏਬੀਵੀਪੀ ਕਰ ਰਹੀ ਹੈ ਜਦੋਂ ਲੋਕ ਪੁੱਛਦੇ ਨੇ ਪਿਆਜ 150 ਰੁਪਏ ਕਿਉਂ ਹੈ ਜਵਾਬ ਦਿਓ ਜਦੋਂ ਲੋਕ ਪੁੱਛਦੇ ਨੇ ਕਿ ਫੀਸਾਂ ਕਿਉਂ ਵੱਧ ਰਹੀਆਂ ਜਵਾਬ ਦਿਓ ਸਟੂਡੈਂਟ ਉੱਥੇ ਮੰਗ ਕੀ ਰਹੇ ਨੇ ਸਟੂਡੈਂਟ ਮੰਗ ਰਹੇ ਨੇ ਕਿ ਫੀਸ ਵੱਧ ਗਈ ਉਹਨੂੰ ਘੱਟ ਕਰ ਦਿਓ ਤੁਸੀਂ ਲਾਠੀ ਚਾਰਜ ਕਰਤਾ ਪੁਲਿਸ ਲੈ ਕੇ ਆ ਗਏ ਗੁੰਡਾਗਰਦੀ ਕਰ ਦਿੱਤੀ ਪੂਰਾ ਮੌਕਾ ਮਿਲੂਗਾ ਤੁਹਾਡੇ ਵਰਗੀਆਂ ਕਈ ਜਥੇਬੰਦੀਆਂ ਹੈਗੀਆਂ ਜਿਹੜੀਆਂ ਕਿ ਇਹਨਾਂ ਮੁੱਦਿਆਂ ਨੂੰ ਸਹੀ ਰਾਹ 'ਤੇ ਲਿਜਾ ਸਕਦੀਆਂ ਹੈਗੀਆਂ ਮੰਨ ਲਿਆ ਉਹਨਾਂ ਪਾਰਟੀਆਂ ਨੇ ਸਿਆਸਤ ਕਰਨੀ ਇਹਨਾਂ ਨੇ ਵੀ ਕਰਨੀ ਹੈਗੀ ਹੈ ਪਰ ਤੁਹਾਡੇ ਵਰਗੇ ਕੋਈ ਨੌਜਵਾਨ ਤਾਂ ਖੜ੍ਹੇ ਹੋ ਸਕਦੇ ਜਿਹੜੇ ਇਹਨਾਂ ਨੂੰ ਦੱਸ ਸਕਦੇ ਆ ਕਿ ਭਾਈ ਆਪਾਂ ਗਲਤ ਕਰ ਰਹੇ ਹਾਂ ਪਾਰਟੀ ਬਾਈ ਨੂੰ ਛੱਡ ਕੇ ਆਪਾਂ ਪੜ੍ਹਾਈ ਵੱਲ ਧਿਆਨ ਦੇਈਏ ਅਤੇ ਜਿਹੜੀ ਪੜ੍ਹਾਈ ਦੇ ਨਾਲ ਨਾਲ ਸਾਨੂੰ ਰੁਜ਼ਗਾਰ ਮਿਲਣਾ ਸਾਡੇ ਦੇਸ਼ ਦੀ ਅਰਥ ਵਿਵਸਥਾ ਦੀ ਗੱਲ ਹੋਣੀ ਹੈ ਹੋਰ ਜਿਹੜੇ ਚਲੰਤ ਮੁੱਦੇ ਹੈਗੇ ਉਹਨਾਂ ਦਾ ਜ਼ਿਕਰ ਹੋਣਾ ਉਹਨਾਂ 'ਤੇ ਅਸੀਂ ਇਕੱਠੇ ਹੋਈਏ ਸਿਰ ਜੋੜੀਏ ਦੇਖੋ ਪਹਿਲੀ ਗੱਲ ਤਾਂ ਜਿਹੜੇ ਕਹਿ ਰਹੇ ਨੇ ਬੇਰੁਜ਼ਗਾਰੀ ਉਸ ਜਿਹੜੀ ਹਕੂਮਤ ਨੇ ਲੋਕਾਂ ਨੂੰ ਬੇਰੁਜ਼ਗਾਰ ਤਾਂ ਕੀਤਾ ਪਰ ਉਸ ਦੇ ਨਾਲ ਇੱਕ ਹੋਰ ਕੰਮ ਵੀ ਲਾ ਤਾ ਹਿੰਦੂ ਰਾਸ਼ਟਰ ਨੂੰ ਇੱਕ ਐਲਾਨੀਆ ਤੌਰ 'ਤੇ ਹਿੰਦੂ ਰਾਸ਼ਟਰ ਨੂੰ ਬਣਾਉਣ ਜਾ ਰਹੇ ਨੇ ਹਾਲਾਂਕਿ ਵੰਡ ਵੇਲੇ ਤੋਂ ਹੀ ਇਹ ਹਿੰਦੂ ਰਾਸ਼ਟਰ ਆ ਪਰ ਉਸ ਨੂੰ ਇੱਕ ਪ੍ਰਚੰਡ ਰੂਪ ਦੇ ਵਿੱਚ ਇਸ ਦੁਨੀਆ ਦੇ ਸਾਹਮਣੇ ਪੇਸ਼ ਕਰਨ ਵਾਸਤੇ ਅੱਜ ਉਹਨਾਂ ਲੋਕਾਂ ਨੂੰ ਕੰਮ ਲਾਇਆ ਹੋਇਆ ਅਤੇ ABVP ਉਹਦੇ ਵਿੱਚ ਇੱਕ ਬਖੂਬੀ ਰੋਲ ਨਿਭਾ ਰਹੀ ਹੈ ਇਸ ਗੱਲ ਤੋਂ ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ ਇਸ ਤੋਂ ਇਲਾਵਾ ਹੁਣ ਜੋ ਅਸੀਂ ਗੱਲ ਕਹਿੰਦੇ ਹਾਂ ਕਿ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਾਂ ਠੀਕ ਇਹ ਐਜੂਕੇਸ਼ਨ ਦਾ ਇੱਕ ਮਕਸਦ ਇਹ ਵੀ ਹੈ ਕਿ ਨੌਕਰੀਆਂ ਲੈਣੀਆਂ ਪਰ ਜੇ ਸਮਾਜ ਹੀ ਨਹੀਂ ਰਹੂਗਾ ਨੌਕਰੀਆਂ ਕਰਨ ਜੋਗਾ ਤਾਂ ਉੱਥੇ ਵਿਦਿਆਰਥੀਆਂ ਦਾ ਕੰਮ ਫਿਰ ਨੌਕਰੀਆਂ ਲੈਣ ਤੋਂ ਪਹਿਲਾਂ ਸਮਾਜ ਸੁਧਾਰ ਦਾ ਵੀ ਬਣਦਾ ਆ ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਦੀ ਆਰਟੀਕਲ 26 ਦੇ ਅਨੁਸਾਰ ਹਰ ਇੱਕ ਬੰਦੇ ਦਾ ਹਰ ਇੱਕ ਵਿਦਿਆਰਥੀ ਦਾ ਹਰ ਇੱਕ ਨੌਜਵਾਨ ਦਾ ਹੱਕ ਆ ਕਿ ਉਹਨੂੰ ਐਜੂਕੇਸ਼ਨ ਦਿੱਤੀ ਜਾਵੇ ਇਸ ਦੇਸ਼ ਦੇ ਵਿੱਚ ਦਿਨੋਂ ਦਿਨ ਐਜੂਕੇਸ਼ਨ ਪਬਲਿਕ ਐਜੂਕੇ ਜਿਹੜੇ ਇੰਸਟੀਟਿਊਟਸ ਨੇ ਉਹਨਾਂ ਦੇ ਫੰਡਾਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜੀਓ ਵਰਗੇ ਰਿਲਾਇੰਸ ਵਰਗੇ ਜਿਹੜੇ ਬੰਦੇ ਨੇ ਜਿਹੜੇ ਵੱਡੇ ਇੰਡਸਟਰੀਸਟ ਨੇ ਉਹ ਐਜੂਕੇਸ਼ਨ ਇੰਸਟੀਟਿਊਟ ਸਥਾਪਿਤ ਕਰ ਰਹੇ ਨੇ VC ਨੂੰ ਉੱਥੋਂ ਹਟਾਉਣ ਨਾਲ ਸਮੱਸਿਆ ਦਾ ਹੱਲ ਹੋ ਜਾਊਗਾ ਨਹੀਂ ਬਿਲਕੁਲ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਸ VC ਦੇ ਹਟਾਉਣ ਨਾਲ ਸਮੱਸਿਆ ਹੱਲ ਹੋ VC ਵੀ ਹਟਾਉਣ ਨਾਲ ਉਦੋਂ ਤੱਕ ਨਹੀਂ ਹੋਊਗਾ ਜਦੋਂ ਤੱਕ ਕਿ ਬੀਜੇਪੀ ਵਾਲੇ ਇਦਾਂ ਦਾ ਹਰਕਤਾਂ ਉਲਟੀਆਂ ਸਿੱਧੀਆਂ ਕਰਨੀਆਂ ਨਹੀਂ ਛੱਡਣਗੇ VC ਹਟਾ ਲੈਣ ਨੂੰ ਮੰਨ ਲੈਣ ਅੱਜ ABVP ਇੰਨਾ ਮੰਨ ਜਾਏ ਕਿ VC ਹਟਾਏ ਮਿਸਟਰ ਰਤਨ ਤੁਹਾਡੇ ਕੋਲ ਸਮੱਸਿਆ ਦਾ ਹੱਲ ਤਾਂ ਹੋਊਗਾ ਕੋਈ ਇਹ ਤੋਂ ਪਹਿਲਾਂ ਮੈਂ ਆਪਣੇ ਵੀਰ ਦੀ ਗੱਲ ਦਾ ਜਵਾਬ ਦੇਣਾ ਪ੍ਰੈਫਰ ਕਰੂੰਗਾ ਇਹ ਕਹਿੰਦੇ ABVP ਨੂੰ ਬੁਝਦਾ ਦੀਵਾ ਦੱਸ ਰਹੇ ਨੇ ਠੀਕ ਹੈ ਤੇ ਇਹ ਇਕੱਲੀ ABVP ਦੇ ਖਿਲਾਫ ਇੱਕ ਸਟੂਡੈਂਟ ਪਾਰਟੀ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ 600 ਤੋਂ ਵੱਧ ਲੈਫਟ ਪਾਰਟੀਆਂ ਨੇ ਸਟੂਡੈਂਟਾਂ ਦੀਆਂ ਕੰਮ ਕਰਦੀਆਂ ਤਾਂ ਬੁਝਦਾ ਦੀਵਾ ਕੌਣ ਹੋਇਆ ਕੰਨ ਇੱਧਰੋਂ ਨਹੀਂ ਤਾਂ
ਸਟੂਡੈਂਟ ਦੇ ਹੱਕਾਂ ਲਈ ਅੱਜ ਤੱਕ ਇਹਨਾਂ ਦੀ ਕਿਹੜੀ ਅਚੀਵਮੈਂਟ ਰਹੀ ਹੈ ਦੇਸ਼ ਦੇ ਲੈਵਲ ਤੇ ਦੱਸੋ, ਅਸੀਂ ਦੱਸ ਦਾਂਗੇ। ਤੁਸੀਂ ਸੰਭਾਗ ਛੱਡ ਕੇ ਪ੍ਰਾਈਵੇਟਾਈਜੇਸ਼ਨ ਚ ਲਾਗੂ ਕੀਤੀ ਸੀ ਤਾਂ ABVP ਸੀ 26 ਅਕਤੂਬਰ ਸਨ 2000 ਦੇ ਵਿੱਚ ਕਾਲੇ ਝੰਡੇ ਦਿਖਾਏ ਸੀ ਵਾਜਪਾਈ ਨੂੰ ਸਰਕਾਰ ਕਿਉਂ ਦਾ ਸਭ ਤੋਂ ਵੱਡਾ ਕਾਰਨ ਬਣਾ ਦਿੱਤਾ। ਅੱਜ ਸਰਕਾਰ ਨਹੀਂ ਆਪਣਾ ਅੱਜ ਸਰਕਾਰ ਦੀ ਝੰਡੇ ਲੈ ਕੇ ਆ ਗਏ, ਅੱਜ ਸਰਕਾਰ ਐਜੂਕੇਸ਼ਨ ਪ੍ਰਾਈਵੇਟ ਹੋ ਗਈ ਹੈ। ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ, ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਤੁਹਾਡੀ ਪ੍ਰਧਾਨ ਉਸ ਮੌਬ ਨੂੰ ਲੀਡ ਕਿਉਂ ਕਰ ਰਹੀ ਸੀਗੀ, ਤੁਸੀਂ ਮੁੱਦੇ ਤੇ ਕਿਉਂ ਨਹੀਂ ਗੱਲ ਕਰ ਰਹੇ, ਕਿੱਥੇ ਪਿਆਜ਼ ਤੇ ਨੌਕਰੀਆਂ ਵੜੀਆਂ ਜਾ ਰਹੀਆਂ ਨੇ, ਡਿਬੇਟ ਕਿਸ ਚੀਜ਼ ਦੀ ਦੀ ਗੱਲ ਹੈ, ਅਸੀਂ ਕੰਨੇ ਦੀ ਗੱਲ ਲੈਣਾ, ਇੱਕ ਮਿੰਟ ਹੁਣ ਸੁਣ ਲੈਣਾ, ਥੋੜੀ ਐਕਸਪੀਰੀਅੰਸ, ਹੁਣ ਸੁਣਨ ਦਾ ਮਾਦਾ ਰੱਖਣਾ, ਕਿਸੇ ਨੂੰ ਦਵਾਰ ਤਾਲਾ ਲਾ ਕੇ ਬੈਠਣਾ ਸੀ, ਸੁਣਨ ਦਾ ਮਾਦਾ ਰੱਖਣਾ, ਹੁਣ ਸੁਣਨ ਦਾ ਮਾਦਾ ਰੱਖਣਾ, ਕੋਈ ਕਰ ਰਹੀ ਸੀ ਉਸ ਚੀਜ਼ ਦੀ ਕੀ ਗੱਲ ਕਰ ਰਹੇ, ਇਹਨਾਂ ਦੀ ਲੀਡਰ ਨਕਾਬ ਪੋਸ਼ ਦੀ ਕੋਈ ਗੱਲ ਨਹੀਂ, ਸਰ ਵੀਡੀਓ ਰੁਕਾ ਰਿਹਾ ਸਿੱਧਾ ਜੀਟੀਵੀ ਤੱਕ ਦੇ ਚੈਨਲ ਤੱਕ ਇਹਨਾਂ ਦੀ, ਇੱਕ ਮਿੰਟ ਦੇਖੋ ਬਸ, ਤੁਹਾਡੇ ਤਾਂ ਮੈਂ ਹੁਣੇ ਲਾਣਾ ਕਪੜਾ, ਇੱਕ ਮਿੰਟ ਸੋਲੀ ਹੁਣੇ ਝੂਠ ਤੋਂ ਸੋਲੀ, ABVP ਦਾ ਤਾਂ ਮੈਂ ਹੁਣੇ ਕਰਦਾ ਖੁਲਾਸਾ, ਇਹ ਜਿਹੜੀ ਬੇਸ਼ਰਮੀ ਵਾਲਾ ਆਰਗੂਮੈਂਟ ਹੈ, ਕੁੜੀ ਦੇ ਸਿਰ ਦੇ ਉੱਤੇ ਸੱਟਾਂ ਲੱਗੀਆਂ ਨੇ, ਸਾਡੀਆਂ ਮਾਵਾਂ ਭੈਣਾਂ ਟੀਵੀ ਦੇਖ ਰਹੀਆਂ ਨੇ, ਮੇਰੀ ਸੁਣ ਲਓ, ਆਪ ਦੇ ਮੇਰੀ ਸੁਣ ਲਓ, ਮੇਰੀ ਤਾਂ ਲੱਗੀ ਹੁਣ ਉਹ ਚ ਸਿੱਖ ਰਹੀ ਹੈ, ਬਾਕੀ ਐਕਸ਼ਨ ਦਾ ਰਿਐਕਸ਼ਨ ਵੀ ਹੁੰਦਾ ਸਰ, ਸੁਣਨ ਦਾ ਮਾਦਾ ਰੱਖੋ, ਸੁਣੋ ਮਿਸਟਰ ਰਤਨ, ਸੁਣੋ ਇਦਾਂ ਨਾ ਕਰੋ, ਫਿਰ ਤੁਸੀਂ ਕਹੋਗੇ ਡਿਬੇਟ 'ਚ ਰੋਕਿਆ ਕੋ ਮੈਨੂੰ, ਹਾਂ ਬੋਲੋ ਭਰੀ, ਸੁਣਨ ਦਾ ਮਾਦਾ ਰੱਖ ਲਓ ABVP ਵਾਲਿਓ, ਇੱਕ ਮਿੰਟ ਦੇ ਦਿਓ ਮੈਨੂੰ, ਉਸ ਕੁੜੀ ਨੂੰ 50 ਕਿਲੋ ਦੀ ਉਹ ਕੁੜੀ ਹੈ, ਉਹਦੇ ਸਿਰ ਦੇ ਉੱਤੇ ਸੱਟਾਂ ਲੱਗੀਆਂ ਨੇ, ਉਹਨੂੰ ਬੁਰੇ ਤਰੀਕੇ ਨਾਲ ਕੁੱਟਿਆ, ਤੇ ਉਸ ਤੋਂ ਬਾਅਦ ਕਹਿੰਦੇ ਜੀ ਉਹੀ ਲੀਡ ਕਰ ਰਹੀ ਸੀ, ਇਸ ਤੋਂ ਬਾਅਦ ਦਾ ਝੂਠ ਕਿਹੜਾ ਹੋ ਸਕਦਾ, ਜਿਹੜੇ ਤੁਸੀਂ ਵੀਡੀਓ ਦੀਆਂ ਗੱਲਾਂ ਕਰ ਰਹੇ ਹੋ, ਮੈਂ ਉਸੇ ਵੀਡੀਓ ਦੇ ਧਿਆਨ ਨਾਲ, ਸਾਹਮਣੇ ਦਿਖ ਰਿਹਾ ਹੈ ਕਿ ਯੋਗਿੰਦਰ ਯਾਦਵ ਨੂੰ ਤੁਹਾਡੇ ਬੰਦੇ ਧੱਕੇ ਮਾਰ ਰਹੇ ਨੇ, ਤੇ ਭਾਰਤ ਮਾਤਾ ਦੀ ਜੈਕਾਰ ਕਰ ਰਹੇ ਨੇ, ਖੜ ਜਾਓ ਖੜ ਜਾਓ, ਭਾਰਤ ਮਾਤਾ ਦੀ ਜੈ, ਨਾਰਮਲ ਇਸ ਦੇਸ਼ ਦਾ ਨਾਗਰਿਕ ਲਗਾਉਂਦਾ ਮੇਰੇ ਵੀਰ, ਉਹ ਇਹ ਸਿਰਫ ਇੱਕ ਕੋਈ ਜੱਟਾ ਨਹੀਂ ਹੁੰਦਾ ਹੈਗਾ, ਮੈਂ ਆ ਰਿਹਾ ਸੀ ਆਰਗੂਮੈਂਟ ਤੇ, ਇੰਨੀ ਬੁਖਲਾਹਟ ਕਿਉਂ ਹੈ, ਇੰਨੀ ਬੁਖਲਾਹਟ ਕਿਉਂ ਹੈ, ਸਰ ਇਹ ਪੋਲਿਟਿਕ ਵੀ ਨਹੀਂ ਹੈਗਾ, ਤੁਹਾਡਾ ਤੁਸੀਂ ਇਸ ਚੀਜ਼ ਨੂੰ ਯਾਦ ਰੱਖੋ, ਅਮਿਤ ਸ਼ਾਹ ਕਰਨਾ ਸ਼ਾਹੀ ਨਹੀਂ ਚੱਲਣੀ, ਆਪਾਂ ਇੰਨਾ ਕਰਾਂਗੇ, ਆਪਾਂ ਇੰਨਾ ਕਰਾਂਗੇ, ਅਮਿਤ ਸ਼ਾਹ ਵਾਲਾ ਪਾਣੀ ਪੀਤਾ, ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ ਯਾਰ, ਕੀ ਸੁਣੂਗਾ ਦਰਸ਼ਕ, ਦੱਸੋ ਮੈਨੂੰ, ਤੁਸੀਂ ਸੁਣੋ ਇੱਦਾਂ ਕਰਦੇ ਹੋ ਨੇ, ਤੁਸੀਂ ਕਲਾਸਾਂ 'ਚ ਇੱਦਾਂ ਕਰਦੇ ਹੋ ਯਾਰ, ਕੀ ਕਰ ਰਹੇ ਹੋ ਯਾਰ, ਸਿਆਣੇ ਬਣੋ ਨਾ ਤੁਸੀਂ, ਫਿਰ ਸਾਨੂੰ ਸਾਨੂੰ ਲੋਕ ਕਹਿੰਦੇ ਆ ਨੌਜਵਾਨਾਂ 'ਚ ਤੁਸੀਂ ਗੱਲ ਨਹੀਂ ਕਰਦੇ, ਗੱਲ ਨਹੀਂ ਕਰਦੇ ਨੌਜਵਾਨਾਂ ਦੀ ਗੱਲ ਨਹੀਂ ਸੁਣਦੇ, ਤੁਹਾਡੀ ਗੱਲ ਕੀ ਸੁਣੀਏ ਦੱਸੋ, ਸਾਡੀ ਕੁੜੀ ਨੂੰ ਸੱਟਾਂ ਲੱਗੀਆਂ, ਸਾਡੇ 20 ਤੋਂ ਵੱਧ ਵਿਦਿਆਰਥੀ ਘਾਇਲ ਨੇ, ਕਿਸੇ ਮੋਬ ਨੂੰ ਲੀਡ ਨਹੀਂ ਕੀਤਾ, ਬਲਕਿ ਇਹਨਾਂ ਦੀ ਮੋਬ ਆਈ ਕੁੱਟ ਕੇ ਚੋੜੇ ਹੋ ਕੇ ਪੁਲਿਸ ਦੀ ਪੈਰ ਵਿੱਚ ਵਾਪਸ ਗਈ ਹੈ, ਤੇ ਪੂਰੇ ਦੇਸ਼ ਨੇ ਦੇਖੀ, ਰਾਜਕਨ ਬੈਦਨ ਸਵਾਲ ਤੁਹਾਡੇ ਤੇ ਵੀ ਹੈ, ਤੁਹਾਡੀ ਜਥੇਬੰਦੀ ਹੈ ਜਿਹੜੀ ਕਾਂਗਰਸ ਹੈ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਤੁਹਾਡੀਆਂ ਬਣੀਆਂ ਹੋਈਆਂ ਸਾਰੀਆਂ ਆਰਗੇਨਾਈਜੇਸ਼ਨ ਹੈ, ਉਹਨਾਂ ਦਾ ਕਮਜ਼ੋਰ ਹੋਣਾ ਇਸ ਕਰਕੇ ਦੇਸ਼ ਇਸ ਰਾਹ 'ਤੇ ਪੈ ਗਿਆ? ਬਿਲਕੁਲ ਸਰ, ਇੱਦਾਂ ਦੀ ਬਿਲਕੁਲ ਕੋਈ ਗੱਲ ਨਹੀਂ ਹੈ, ਅਸੀਂ ਸਿਰਫ ਉਹਦਾ ਵਿਰੋਧ ਕਰ ਰਹੇ ਹਾਂ ਜੋ ਕਿ ਗਲਤ ਹੋ ਰਿਹਾ ਸਟੂਡੈਂਟਸ ਨਾਲ, ਅਸੀਂ ਉਹਦਾ ਵਿਰੋਧ ਕਰ ਰਹੇ ਹਾਂ, ਇਹਨਾਂ ਨੇ ਬਿਲਕੁਲ ਇੱਕ ਗਲਤ ਚੀਜ਼ ਕੀਤੀ ਹੈ ਆ ਕੇ ਕੁੱਟ ਕੇ ਚਲੇ ਗਏ 70-80 ਜਣੇ, ਕਿਉਂ ਨਹੀਂ ਆਪਾਂ ਸਟੂਡੈਂਟ, ਇੱਦਾਂ ਚੰਗੀ ਗੱਲ ਥੋੜ੍ਹੀ ਹੈ, ਅਸੀਂ ਇਹਦੇ ਦੇ ਖਿਲਾਫ਼ ਪੂਰਾ ਪ੍ਰੋਟੈਸਟ ਕਰਾਂਗੇ। ਇਹ ਸਟੂਡੈਂਟਸ ਦੇ ਖਿਲਾਫ਼ ਲੜਾਈ ਹੈ ਜਾਂ ਜਵਾਹਰ ਲਾਲ ਨਹਿਰੂ ਦੇ ਖਿਲਾਫ਼ ਲੜਾਈ ਹੈ? ਇਹ ਸਰ ABVP ਦੇ ਅਤੇ BJP ਦੇ ਗੁੰਡਾ ਰਾਜ ਦੇ ਖਿਲਾਫ਼ ਲੜਾਈ ਹੈ। ਇੱਕ ਛੋਟਾ ਹੋਰ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਹੋਵਾਂਗੇ। ਮਾਫ਼ ਕਰਨਾ ਮੈਨੂੰ ਥੋੜ੍ਹਾ ਜਿਹਾ, ਇਸ ਨੌਜਵਾਨ ਵਰਗ ਨੂੰ ਥੋੜ੍ਹਾ ਜਿਹਾ ਤਿੱਖਾ ਵੀ ਬੋਲਣਾ ਪੈ ਰਿਹਾ, ਜੇ ਅੱਜ ਤਿੱਖਾ ਨਹੀਂ ਬੋਲਾਂਗੇ ਤਾਂ ਇਹਨਾਂ ਨੂੰ ਨਹੀਂ ਸਮਝ ਆਵੇਗਾ ਕਿ ਅਸੀਂ ਡਿਬੇਟ ਵਿੱਚ ਪਾਰਟੀਸਪੇਟ ਕਿਵੇਂ ਕਰਨਾ ਹੈਗਾ। ਦੇਸ਼ ਦੀ ਸਿਆਸਤ ਤਾਂ ਇਹੀ ਚਾਹੁੰਦੀ ਹੈਗੀ ਆ, ਦੇਸ਼ ਦਾ ਨੌਜਵਾਨ ਡਿਬੇਟ ਵਿੱਚ ਪਾਰਟੀਸਪੇਟ ਨਾ ਕਰੇ, ਜਿੱਥੇ ਡਿਬੇਟਸ ਹੁੰਦੀਆਂ ਉਹਨਾਂ ਯੂਨੀਵਰਸਿਟੀਆਂ ਵਿੱਚ ਹੀ ਹਮਲੇ ਹੋ ਰਹੇ ਆ। ਸਵਾਲ ਇੱਥੇ ਆ ਕੇ ਰੁਕਦਾ ਹੈਗਾ, ਡਿਬੇਟਸ ਕੌਣ ਨਹੀਂ ਚਾਹੁੰਦਾ ਹੈਗਾ, ਗਾ ਕੌਣ ਨਹੀਂ ਚਾਹੁੰਦਾ ਹੈਗਾ ਕਿ ਵਿਰੋਧ ਵਾਲੇ ਸਵਾਲ ਪੁੱਛੇ ਜਾਣ, ਜਦੋਂ ਇਹ ਨਾ ਚਾਹਿਆ ਜਾਵੇ ਤਾਂ ਫਿਰ ਹਮਲੇ ਹੁੰਦੇ ਆ, ਫਿਰ ਡਾਂਗਾਂ ਚੱਲਦੀਆਂ, ਫਿਰ ਕਿਰਪਾਨਾਂ ਚੱਲਦੀਆਂ। ਇਸ ਕਰਕੇ ਸਵਾਲ ਪੁੱਛ ਰਹੇ ਹਾਂ, ਕਿਹੜੀ ਸੋਚ ਦਾ ਗੁੰਡਾ ਰਾਜਾ? ਬ੍ਰੇਕ ਤੋਂ ਵਾਪਸ ਆ ਰਿਹਾ, ਸਵਾਲ ਇੱਕੋ ਪੁੱਛ ਰਿਹਾ, JNU 'ਤੇ ਹਮਲੇ ਨੂੰ ਕਿਹੜੀ ਸਿਆਸਤ ਨੇ ਮੂੰਹ ਟਾਕ ਕੇ ਅੰਜਾਮ ਦਿੱਤਾ? ਜਤਿੰਦਰ ਸਿੰਘ ਜੀ, ਸਿੱਖਿਆ ਅਦਾਰਿਆਂ ਦੇ ਵਿੱਚ ਲੈਫਟ ਰਾਈਟ ਵਾਲੀ ਪਰੇਡ ਕਿਉਂ ਕਰਾਈ ਜਾ ਰਹੀ ਹੈ? ਦੇਖੋ, ਸਿੱਖਿਆ ਅਦਾਰਿਆਂ ਦਾ ਤਾਂ ਮਤਲਬ ਇਹ ਹੋ ਗਿਆ ਨਾ, ਕਿਉਂਕਿ ਸਿੱਖਿਆ ਦਾ ਮਤਲਬ ਹੁੰਦਾ ਗਿਆਨ ਦੇਣਾ, ਗਿਆਨ ਦਾ ਮਤਲਬ ਹੁੰਦਾ ਵੀ ਤੁਸੀਂ ਜੋ ਆਪਣੇ ਇਰਦ ਗਿਰਦ ਵਾਪਰ ਰਿਹਾ ਉਹਦੇ ਪ੍ਰਤੀ ਤੁਸੀਂ ਚੇਤਨ ਹੁੰਦੇ ਹੋ, ਸੁਚੇਤ ਹੁੰਦੇ ਹੋ, ਅਤੇ ਜਿਹੜਾ ਗਿਆਨਵਾਨ ਸੂਝਵਾਨ ਵਿਅਕਤੀ ਹੁੰਦਾ ਉਹ ਹਰ ਬੁਰਾਈ ਦੇ ਖਿਲਾਫ਼ ਬੋਲਦਾ, ਔਰ ਉਹ ਹਰ ਬੁਰਾਈ ਦੇ ਜਿਹੜਾ ਬੁਰਾਈ ਕਰ ਰਿਹਾ ਹੁੰਦਾ ਉਹਨੂੰ ਉਹ ਸਵਾਲ ਪੁੱਛਦਾ, ਅਤੇ ਚਾਹੇ ਉਹ ਸਵਾਲ ਸੱਤਾ ਨੂੰ ਪੁੱਛਿਆ ਜਾਵੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਵੀ ਜਦੋਂ ਵੀ ਗੱਲ ਕੀਤੀ ਉਹਨਾਂ ਨੇ ਇਹੀ ਕਿਹਾ ਵੀ ਮੈਂ ਜ਼ੁਲਮ ਦੇ ਖਿਲਾਫ਼ ਹੈ, ਉਹ ਜ਼ੁਲਮ ਭਾਵੇਂ ਕੋਈ ਵਿਅਕਤੀ ਕਰਦਾ ਹੋਵੇ ਭਾਵੇਂ ਬਾਬਰ ਨੇ ਕੀਤਾ ਹੋਵੇ। ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਗਿਆਨ ਦਾ ਸਾਗਰ ਹੁੰਦੀਆਂ ਨੇ, ਯੂਨੀਵਰਸਿਟੀਆਂ ਨੂੰ ਤਾਂ ਬਹੁਤ ਸੰਭਾਲ ਕੇ ਰੱਖਣਾ ਚਾਹੀਦਾ, ਯੂਨੀਵਰਸਿਟੀਆਂ ਦੇ ਪੜ੍ਹਦੇ ਵਿਦਿਆਰਥੀਆਂ ਨੂੰ ਤਾਂ ਬਹੁਤ ਸੰਭਾਲ ਕੇ ਰੱਖਣਾ ਚਾਹੀਦਾ, ਕਿਉਂਕਿ ਉਹ ਫਿਊਚਰ ਹੁੰਦੇ ਨੇ ਇਸ ਦੇਸ਼ ਦਾ, ਅਤੇ ਤੁਸੀਂ ਉਸ ਦੇਸ਼ ਦੇ ਫਿਊਚਰ
सवाल तो पूछे जा रहे हैं, इस करके तकलीफ हो रही है, उसे वायलेंस निकल रही है, उसे सारे देश दे लॉ एंड ऑर्डर की समस्या। जुझार सिंह, जुझार सिंह एक मैनू दसो जी कह रहे हो कि स्टेट स्पॉन्सर्ड हो रहा सब कुछ, ये कह रहे लैफ्ट स्पॉन्सर्ड हो रहा, मेरा सवाल है जो स्पॉन्सर्ड शब्द आता है उदो इन मतलब असं ट्रैप भी कितने कितने फसते हैं, लोग तो चाहते हैं जिहड़े विरोधी आवाज़ है इस हिंसा जरिए दबाई जाए, जिहड़ा शांतिपूर्वक तरीका हैगा उसको खत्म किया जाए, तो तुसी लोग उस ट्रैप विच फसदे पए हो। देखो सत्त की जी पॉलिटिक्स है ना लैफ्ट स्पॉन्सर्ड ना राइट, असं चाहते हैं कि देश में लैफ्ट राइट तो कढ़िया जाए। इस तो अलावा होर भी बहुत विचारधारा के लोग ने जिवें गुरु नानक पातशाह ने कहा विद्या विचारी तो परोपकारी, जिहड़ा बंदा विद्या पढ़ेगा विचारेगा वो परोपकार करेगा। इस तो अलावा उन्होंने यह भी कहा पढ़िया मूर्ख है की अच्छ सलभ लोभ हंकारा, जो बंदे पढ़ लिख के जो कुछ अच्छ किया जा रहा इन्होंने इंस्टीट्यूशन बह के लोग की कर रहे हैं, पॉलिसी मेकर देश की पॉलिसी किमें बना रहे हैं, अच्छे गृहमंत्री तक के प्रधानमंत्री तक के बयान वेखो जिथे असी उत्थे गुरु नानक पातशाह की विचारधारा लैके असं चाहते हैं कि इतने लैफ्ट राइट की पॉलिटिक्स तो खहड़ा छिड़ा के लोगों का मनुखता के हक मनुखता हक मिलने उन्होंने घाण ना किया जाए। ठीक ठीक है मिस्टर रतन, मैंने दसो कि इस पूरे मामले की पुलिस जाँच करेगी, उस जाँच से तुम विश्वास है? बिल्कुल हैगा जी, क्योंकि पुलिस का ही काम है समाज के लॉ एंड ऑर्डर मेनटेन रखन का, उसकी पूरी प्रतिक्रिया देने का भी उसे की होया किवें होया। एक होर मैं सवाल का जवाब दे दो, एक इल्जाम यह भी लगाया जा रहा कि पुलिस उत्थे मूक दर्शक बनी रही, पुलिस स्पॉन्सर्ड ये पास दिए गए भी तुम अंदर जाओ तो कुट्टो मारो जो मर्जी करो, जे एक सवाल सुन लो जे पुलिस स्पॉन्सर्ड यह सब कुछ है मतलब लैफ्ट के नाल रली हुई सी पुलिस जिवें तुम इल्जाम ला रहे हो? नहीं जी, उत्थे दी जिहड़ी लोकल एडमिनिस्ट्रेशन देखण नूं मिलदी आ आपां नूं किस तरह वीडियोज़, तुसीं मेरी गल छड्ड दो वी आपां एग्जम्पशन रहण दो, मैं सर मैं बड़ा रतन जी मैं बहुत साधारण सवाल करदा, मैं तो औखा सवाल ही नहीं कदे जिंदगी च कीता गा, मैं तो एक सवाल तुहानूं सिंपल कीता है जे पुलिस लैफ्ट दे नाल रली हुई सी, इल्जाम लाया जा रहा है कि पुलिस ने उत्थे पास दित्ते वी भाई तुसीं अंदर जाओ, किहने देखिया पास दित्ता, कोई वीडियो है पास दी? कोई वीडियो नहीं है। नहीं जिस चीज़ दी वीडियो है क्यों नहीं आपां उहदी गल कर रहे हो, तुसीं मैनूं दस्सो। हां प्रप्रीत प्रप्रीत एवी पुलिस किहदे नाल रली हुई सी, तुहाडे नाल रली हुई सी पुलिस? असीं क्लियर कट मानदे आ कि जे पुलिस जिहदे नाल वी रली सी, पुलिस दा मुखी है अमित शाह, कल स्टेट दा लॉ एंड ऑर्डर विगड़िया, कल उत्थे लोकां नूं कुट्टिया गया, 100 नंबर ते कॉल करन ते वी पुलिस नहीं आई, मतलब महिलावां नाल अत्याचार होया, मतलब उत्थे गृह मंत्री है सी जां पुलिस नहीं सी? मैं कहना गृह मंत्री दी भी दो तरह दे बयान आ रहे ने, पुलिस उत्थे खड़ी सी, पुलिस मूक दर्शक बनी रही, मैं क्लियर कर रहा हूं, तुसीं कह रहे हो कि पुलिस आई नहीं, मैं क्लियर कर रहा जी, यूनिवर्सिटीआं दा इक विधान है कि यूनिवर्सिटी ऑटोनोमस इंस्टीट्यूट है, एक तो इत्थे एबीवीपी दी बौद्धिक कंगाली है कि इन्हां नूं गल भी नहीं पूरी समझ लगदी, यूनिवर्सिटीआं दे विच पुलिस एंटर नहीं कर सकदी, यूनिवर्सिटी दा जद तक वाइस चांसलर नहीं कहिंदा कि अंदर आया जाए, मैं क्लियर कर दवां, इन्हां ने जदों ते जामिया दे विच धक्का करना सी उदों ते लाइब्रेरी तक गए, कल जदों लोकां ने कॉल कीता, जदों लोग 100 नंबर ते कॉल करदे ने जिथे भी वह होंदे ने, पुलिस का फर्ज बनता 100 नंबर नूं रिस्पोंड करदी होई उत्थे आवे, ना कि आपे हमला करदी आवे, कल 100 नंबर ते फोन करन ते भी कुड़ियां नूं बचाया उत्थे नहीं गया, पहली चीज। दूजी चीज, यूनिवर्सिटी के गेट के उत्ते सैकड़ों पुलिस वाले खड़े रहे, तो जड़े बाहरों मदद करन आए योगेंद्र यादव वर्गे बंदे भी, उन्होंने भी अंदर नहीं जान दिता गया। साडा क्लीयर कट सवाल है कि जे लॉ एंड ऑर्डर विगड़िया तो गृह मंत्री मुखी ने, तो अमित शाह उन्हां दा नाम है, उन्हां दा फर्ज बनता है कि अस्तीफा देन, विद्यार्थियों नाल धक्का होया कल, कोई भी हुण विद्यार्थी सीगे उन्हां ते धक्का होया कि एबीवीपी उन्हां दा अस्तीफा मंगदी है, कि एबीवीपी अमित शाह दा अस्तीफा मंगदी है, मैं उन्हां तों सवाल पुछदा। अस्तीफा मंगदे जी तुसीं? देखो जी अस्तीफा किसी चीज दा हल नहीं हुंदा, ऐसे कोई भी जदों मनमोहन सिंह दा मंगिया सी उदों की सी? ਜਦੋਂ ਮਨਮੋਹਨ ਸਿੰਘ ਦਾ ਮੰਗਿਆ ਸੀ ਉਦੋਂ ਕਿਸ ਦਾ ਮੰਗਿਆ ਸੀਗਾ? ਰੈਫਰੈਂਸ ਦੇ ਦਿਓ ਕਦ ਦਾ ਮੰਗਿਆ ਸੀ? ਮਨਮੋਹਨ ਸਿੰਘ ਨੂੰ ਓਪਨਲੀ ਬਾਈਕਾਟ ਕੀਤਾ ਸੀ ਤੁਸੀਂ ਲੈਫਟ ਲੋਕਾਂ ਨੇ ਕੀਤਾ? ਤੁਸੀਂ ਅਸੀਂ ਦੇਖੋ ਜੀ ਜਦੋਂ ਸੱਤਾ ਮੰਗਿਆ ਪ੍ਰੋਟੈਸਟ ਕਰਨ ਦਾ ਸਾਡਾ ਹਮੇਸ਼ਾ ਤੱਕ ਤਰੀਕਾ ਰਿਹਾ, ਕਿਉਂਕਿ ਪੂਰੇ ਦੇਸ਼ ਇਹ ਆਰਗੇਨਾਈਜੇਸ਼ਨ ਇੱਕੇ ਨਾਮ ਤੋਂ ਕੰਮ ਕਰਦੀ ਹੈ, ਤੁਹਾਡੇ ਵਾਂਗੂ ਨਹੀਂ ਟੋਟਲ ਵੰਡ ਕੇ ਆਨੇ ਆ ਹਮਾਰੇ ਟੁਕੜਿਆਂ ਦੇ ਟੁਕੜਿਆਂ ਦਾ ਵੀ ਦੱਸ ਦਿੰਦਾ ਤੁਹਾਨੂੰ, ਤੁਹਾਡੇ 36 ਗਰੁੱਪ ਨੇ ਯੋਗੀ ਆਦਿੱਤਿਆਨਾਥ ਦੇ ਅਲੱਗ ਗਰੁੱਪ ਨੇ, ਤੁਹਾਡੇ ਅਲੱਗ ਗਰੁੱਪ ਨੇ, 36 ਗਰੁੱਪ ਚਲਾਉਂਦੇ ਆ ਤੁਸੀਂ, ਕਿਉਂ ਲੀਡ ਕਰ ਰਹੇ ਸੀ ਜੇ ਵੀ ਦੁਰਗਾ ਵਾਹਿਨੀ ਕੀ ਦੀ ਹੈ ਸੀਗਾ ਯੂਥ ਯੂਥ ਫਾਰ ਦਾ ਸੀਟ ਦਾ ਕਿਵੇਂ ਹੋ ਸਕਦੇ ਨੇ? ਸਟੂਡੈਂਟ ਕੀ ਪ੍ਰੈਕਟੀਕਲੀ ਪੋਸੀਬਲ ਹੈ? ਅਸਤੀਫੇ ਦਾ ਵੀ ਕੋਈ ਫਾਇਦਾ ਨਹੀਂ, ਇਹ ਅਸਤੀਫਾ ਦੇਣਗੇ ਕੱਲ ਨੂੰ ਕੋਈ ਹੋਰ ਆਣਗੇ ਉਹ ਏਦਾਂ ਦੀ ਹਰਕਤਾਂ ਕਰਨਗੇ ਫਿਰ ਕੀ ਕਰਾਂਗੇ, ਉਹਨਾਂ ਨੂੰ ਵੀ ਕਹਾਂਗੇ ਕਿ ਅਸਤੀਫਾ ਦੇ? ਠੀਕ ਹੈ ਜਿੰਦਰ ਸਿੰਘ, ਹੁਣ ਸਵਾਲ ਇਹ ਹੈਗਾ ਕਿ ਗ੍ਰਹਿ ਮੰਤਰਾਲਾ ਦੇ ਅੰਡਰ ਪੁਲਿਸ ਹੈ, ਸਿਰਫ ਪੁਲਿਸ ਦੀ ਨਾਕਾਮੀ ਤੇ ਅਸੀਂ ਸਵਾਲ ਰੱਖ ਕੇ ਇੱਥੋਂ ਤੱਕ ਬਹਿ ਜਾਈਏ, ਜਾਂ ਜੇ ਐਨ ਯੂ ਪ੍ਰਸ਼ਾਸਨ ਉਹਦੇ ਵਿੱਚ ਵਾਈਸ ਚਾਂਸਲਰ ਹੈ, ਜਾਂ ਹੋਰ ਹੋਸਟਲ ਦੀਆਂ ਜਿਹੜੀਆਂ ਡਿਊਟੀਆਂ ਹੈਗੀਆਂ, ਜਾਂ ਹੋਰ ਸਿਕਿਉਰਿਟੀ ਦਾ ਜਿਹਨਾਂ 'ਤੇ ਜ਼ਿੰਮੇਵਾਰੀ ਹੈਗੀ ਹੈ, ਉਹਨਾਂ ਦੀ ਜ਼ਿੰਮੇਵਾਰੀ ਪਹਿਲੀ ਜਾਂ ਗ੍ਰਹਿ ਮੰਤਰਾਲੇ ਦੀ ਪਹਿਲੀ ਜ਼ਿੰਮੇਵਾਰੀ? ਦੇਖੋ ਜੀ, ਇਸ ਸਰਕਾਰ ਨੇ ਵਾਈਸ ਚਾਂਸਲਰ ਹੀ ਉਸ ਯੂਨੀਵਰਸਿਟੀ ਨੂੰ ਖਤਮ ਕਰਨ ਨੂੰ ਲਾਇਆ, ਕਿਉਂਕਿ ਇੱਦਾਂ ਦਾ ਵਾਈਸ ਚਾਂਸਲਰ ਅਸੀਂ ਤਾਂ ਕਦੀ ਨਹੀਂ ਦੇਖਿਆ ਹੈਗਾ ਇਸ ਯੂਨੀਵਰਸਿਟੀ 'ਚ।
मतलब असी तो यह जे वाइस चांसलर की भी गल सुनी है जो स्टूडेंट जो प्रोटेस्ट कर रहे थे स्टूडेंट्स नाल आप बैठ जाते वीसी आप खतरे च चलो ये तो हूँ यही कह रहे हो ना वीसी आप खतरे इजाजत तो बिना उस यूनिवर्सिटी जाके किसी भी यूनिवर्सिटी च इस तरीके के नकाबपोश जिहड़े शरेआम घूम रहे होण ओह किवें हो सकदे ने। एक पासे दा तुसीं कही जांदे हो वी लैफ्ट दा वाइस चांसलर नाल टकरा आए वाइस चांसलर ही करवाई जाता मतलब फिर लैफ्ट लैफ्ट इदा का कम किवें करवा सकता जो थोड़ा यूनिवर्सिटी वाइस चांसलर नाल टकरा हो 2016 सर पंजाब यूनिवर्सिटी च एक पत्थरबाजी हुई सी तो मतलब उदो लैफ्ट दे नाल वाइस चांसलर सीगा जिहड़ा पुराना वाइस चांसलर सी इस गल दा जवाब दिओ इस वादे दे हक च सब तो ज्यादा वक्त मिले गलबात रखने का। मेरा एक सवाल है कि तुहाडी एबीवीपी जिहड़ी ऑर्गेनाइजेशन हैगी कि पुलिस दे कोले डिमांड करती है कि जिहड़े नकाबपोश हैगी लैफ्ट दे बंदे आ उन्हां नूं फड़ के टंग दिओ तुहाडे कोल प्रूफ हैगे तुसी वार वार कह रहे हो वीडियो साडे कोले हजे तक कोई बंदा फड़िया क्यों नहीं गया वीडियो जी सारियां वायरल ने नकाबपोश जरूर सीगे उहदे विच साडा नैशनल डेलीगेशन चाहे पुलिस की गल होवे चाहे सेंट्रल उहदी मिनिस्ट्री की गल होवे सब नूं मिलिया आ अज्ज उन्हां ने प्रॉपर एक मेमोरेंडम भी दित्ता आ वी इस चीज़ तों जल्द तों जल्द पुलिस कारवाई नहीं कर रही पुलिस कारवाई कर रही होनी है इतिहास पहली बार होगा कि कोई प्रेशर ग्रुप विद्यार्थियों का सत्ता के हक च खड़ के उन्होंने नाल खड़ा पुलिस दे नाल एबीवीपी खड़ के कह रही है जी पुलिस बिल्कुल ठीक है विद्यार्थी गलत ने विद्यार्थी धक्का कर रहे हैं विद्यार्थी गलत जी चार तारा दे एफिलिएटेड कुछ लोग गलत ने ओह वेरी गुड 20 स्टूडेंट्स आर डेंस ठीक है जितना ठीक है ठीक है ठीक है ठीक है तो आर्गुमेंट आ गया मैं पुलिस लेफ्ट मैं आखिरी कमेंट लेने पर ठीक है ठीक है गुंडे सिगे मोदी जी तो नहीं कि तक बन के कांग्रेस एक मिनट प्रभु जिन्होंने उत्थे अटैक किया जेएनयू के स्टूडेंट सिगे असी देखिया जी वो वीडियो दे विच जिहड़े व्हाट्सएप ग्रुप आ रहे ने लगातार व्हाट्सएप ग्रुपां दे विच है कि बाहरों मोबिलाइजेशन इन्होंने की है बाहरों सीगे जेएनयू दे स्टूडेंट नहीं सीगा ज्यादातर जिहड़े स्टूडेंट ने जिहड़े उहदे विच नजर आ रहे ने वो बाहर दे स्टूडेंट ने वो यूनिवर्सिटी दे तुसी मानदे हो कि बाहर दे बंदे सी ज्यादातर वायरल हो रहे ने मैनूं चैनल परमिशन दो मैं हुण दिखा सकदा मैं दिखा देना इत्थे पैगाम तो जामिया तो रिकॉर्डिंग्स ने रिटन चैट्स ने कि मेरे जी उतो 100 लोग दुर पे उतो 300 लोग दुर पे ये आपस चैट्स ने भी आज सभी को डाटा नहीं देता तुसी तो संगियां नु ऐ करंगे उथे एम्बुलेंस नहीं अंदर जान दी उथे अंदर एम्बुलेंस नहीं जान दी खतरे च की है डेमोक्रेसी नहीं खतरे च हाइपोक्रेसी है प्रधान जी रतन जी मेरी गल सुन लो रतन जी गल सुन लो चलो चलो देखो चलो ठीक है व्हाट्सएप ग्रुप दी चैट्स मेरे को ही पई हुई है ठीक है पुलिस जांच दा विषय ठीक है पर लंबा समय नहीं रहंदा हुंदा ठीक है जिंदर जिंदर एक मिनट प्लीज झारखंड मुद्दा भी रहा है और यह चोणा के जरिए सत्ता ते काबज रहण दा मसला तो यह हैगा ही हैगा पर चोणा तो अगला मसला हैगा भी एक जिहड़ी हिंदुत्व फासीवाद की विचारधारा है ਉਹਨੂੰ ਸਥਾਪਿਤ ਕਰਨ ਦਾ ਮਸਲਾ ਚੋਣਾਂ ਤੋਂ ਵੀ ਵੱਡਾ ਮਸਲਾ ਹੈ ਬਿਲਕੁਲ ਠੀਕ ਮੈਂ ਇਹ ਇੱਕ ਆਖਰੀ ਗੱਲ ਇਹ ਚੋਣਾਂ ਦਾ ਮਸਲਾ ਕਿਵੇਂ ਹੋ ਸਕਦਾ ਜਿਹੜੀਆਂ ਵਿਚਾਰਧਾਰਾਂ ਅੱਜ ਦੇ ਲੈਫਟ ਦੀਆਂ ਵਿਚਾਰਧਾਰਾਂ ਗੰਦ ਪਾ ਰਹੀਆਂ ਨੇ ਉਹ ਤਾਂ ਪਾਰਲੀਮੈਂਟ 'ਚ ਡਬਲ ਫਿਗਰ 'ਚ ਨਹੀਂ ਹੈਗੀਆਂ ਗੰਦ ਤੇ ਤੁਹਾਡੇ ਲੋਕਾਂ ਦੇ ਕੰਪੀਟੀਸ਼ਨ ਹੋ ਗਿਆ ਆਪਾਂ ਕਿਵੇਂ ਚੋਣਾਂ ਦਾ ਮਸਲਾ ਸੋਲਵ ਕਰਨਾ ਆਪਾਂ ਪਾਸ ਪਾਸ ਦੇਖੋ ਬਸ ਹੋਇਆ ਨਾ ਪਾਸ ਹੋਇਆ ਡਿਸਟ੍ਰੈਕਟ ਹੁਣ ਕੱਲ ਇਹਨਾਂ ਦੇ ਡਬਲ ਫਿਗਰ 'ਚ ਰਿਪਰੈਜ਼ੈਂਟੇਸ਼ਨ ਨਹੀਂ ਪਾਰਲੀਮੈਂਟ ਸਰ ਇਹਨਾਂ ਦਾ ਕੰਪੀਟੀਸ਼ਨ ਇੱਕ ਮਿੰਟ ਪਲੀਜ਼ ਇਹਨਾਂ ਦੀ ਇਹਨਾਂ ਸਰ ਰਤਨ ਜੀ ਸੁਣ ਲਓ
ਇਹਨਾਂ ਦੀ ਡਬਲ ਫਿਗਰ ਚ ਪਾਰਟਿਸਪੇਸ਼ਨ ਹੈ ਨਹੀਂ, ਵੀਸੀ ਸਾਹਿਬ ਫਿਰ ਵੀ ਡਰਦੇ ਪਏ ਆ, ਪਤਾ ਨਹੀਂ। ਬਹੁਤ ਧੰਨਵਾਦ ਰਤਨ ਜੀ, ਗੁਜਾਰ ਸਿੰਘ ਪ੍ਰਭਪ੍ਰੀਤ ਤੁਹਾਡਾ ਬਹੁਤ ਧੰਨਵਾਦ, ਰਾਜਕਰਨ ਤੁਹਾਡਾ ਬਹੁਤ ਧੰਨਵਾਦ, ਜਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ। ਕੁੱਲ ਮਿਲਾ ਕੇ ਇਸ ਨੌਜਵਾਨ ਪੀੜ੍ਹੀ ਨੂੰ ਸੋਚਣਾ ਪਵੇਗਾ ਸਾਡੀ ਦੇਸ਼ ਦੀ ਸਿਆਸਤ ਸਾਨੂੰ ਕਿਹੜੇ ਰਾਹ ਜਾ ਰਹੀ ਹੈ। ਜੇ ਇਹੋ ਜਿਹੇ ਰਾਹ ਪਏ ਰਹੇ ਤਾਂ ਸਿਰ ਪਾਟਣਗੇ, ਡਾਂਗਾ ਚੱਲਣਗੀਆਂ, ਤੁਸੀਂ ਨਾ ਪੜ੍ਹ ਸਕਦੇ ਹੋ ਨਾ ਤੁਸੀਂ ਕਿਸੇ ਉੱਚੇ ਅਹੁਦੇ 'ਤੇ ਬੈਠ ਸਕਦੇ ਹੋ। ਇਹ ਸਿਆਸਤ ਚਾਹੁੰਦੀ ਹੈ ਤੁਸੀਂ ਲੜੋ ਮਰੋ ਅਤੇ ਇਹਨਾਂ ਨੂੰ ਸਵਾਲ ਨਾ ਕਰੋ, ਪਰ ਇਸ ਸਿਆਸਤ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ। ਲੜਨ ਮਰਨ ਵਾਲੀ ਸਿਆਸਤ ਇਸ ਮੰਚ ਤੋਂ ਨਹੀਂ ਹੋਵੇਗੀ। ਅਸੀਂ ਨੌਜਵਾਨਾਂ ਨੂੰ ਦੱਸਾਂਗੇ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਸਿਆਸਤਦਾਨਾਂ ਨੂੰ ਸਵਾਲ ਕਰਨੇ ਆ, ਸਵਾਲ ਪੁੱਛਣੇ ਲਾਜ਼ਮੀ ਹੈ। ਜੇ ਸਵਾਲ ਨਹੀਂ ਪੁੱਛੋਗੇ ਤੁਸੀਂ ਵੀ ਇਹਨਾਂ ਗੁੰਡਾ ਤੱਤਾਂ ਦੇ ਵਿੱਚ ਸ਼ਾਮਿਲ ਹੋ ਜਾਓਗੇ। ਸਵਾਲ ਕਰੋ ਪਰ ਤਹਿਜ਼ੀਬ ਦੇ ਨਾਲ। ਬਹੁਤ ਧੰਨਵਾਦ।